ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸੁਨੀਲ ਵਰਮਾ ਫਰੋਮ ਹੈਲਥਡਰੋਪ ਵੇਟ ਲੂਸ ਪ੍ਰੋਗਰਾਮ ਲੂਜ਼ ਵੇਟ ਵਿਦਆਊਟ ਵੇਟ 'ਤੇ ਤੁਹਾਡਾ ਇੱਕ ਵਾਰੀ ਫਿਰ ਸਵਾਗਤ ਕਰਦਾ। ਦਿਨ ਹੈ ਅੱਜ ਸ਼ੁੱਕਰਵਾਰ ਦਾ ਦਿਨ, 6 ਵੱਜ ਚੁੱਕੇ ਨੇ ਮੈਲਬਨ ਦੇ ਵਿੱਚ, ਅਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਟੁਡੇ ਵੀ ਔਨ ਐਪੀਸੋਡ ਨੰਬਰ 43, ਅਤੇ ਟੁਡੇ ਵੀ ਗੋਇੰਗ ਟੂ ਟਾਕ ਅਬਾਊਟ ਦਾ ਹੈਲਥਡਰੋਪ ਡਾਇਟ ਪਲਾਨ, ਦਾ ਫੂਡ ਅਲਾਓ ਇਨ ਇਟ, ਬਿਕੋਜ਼ ਦਿਸ ਟੋਪਿਕ ਹੈਜ਼ ਬੀਨ ਡਿਸਕਸ ਸੋ ਮੈਨੀ ਟਾਈਮਸ, ਬਟ ਵੀ ਗੋਟ ਐਵਰੀ ਸਿੰਗਲ ਡੇ ਨਿਊ ਐਂਡ ਨਿਊ ਪੀਪਲ ਜੁਆਇਨਿੰਗ ਅਸ, ਸੋ ਆਈ ਥੋਟ ਆਈ ਬੈਟਰ ਡੂ ਦਿਸ ਟੋਪਿਕ ਵਾਂਸ ਅਗੇਨ ਐਂਡ ਗੋ ਲਿਟਲ ਬਿਟ ਇਨ ਡਿਟੇਲ, ਸੋ ਯੂ ਗੈਟ ਅ ਬੈਟਰ ਆਈਡੀਆ ਅਬਾਊਟ ਵਟ ਦਾ ਫੂਡ ਅਲਾਓ ਇਨ ਇਟ, ਔਰ ਬਿਕੋਜ਼ ਇਨ ਦਿਵਾਲੀ, ਡਿਊਰਿੰਗ ਦਾ ਦਿਵਾਲੀ ਸੇਲ, ਪ੍ਰੀ ਸੇਲ ਐਂਡ ਆਫਟਰ on a Diwali day sale, we got so many people join us, and even before that people join us, they still have a kind of confusion what they allow to eat, and the food kide kide allow hai, the diet plan, what sort of diet plan they have to follow, that so we're going to discuss all those things in that. But before starting, you know the drill, make sure you hit and like, subscribe our YouTube channel the health YouTube te jaake tusi Healthdrop nu search karoge, you going to find us as our YouTube channel, please go subscribe and hit the bell icon so you get all the notification. Eh sare jinne vi apan live session itthe kar rahe hain, tusi sare YouTube te find out kar sakde ho, you can get all this session on our YouTube. Thanks for showing so much love, thank you ji, thank you sare layi. They, if you want to listen this live live broadcast through your ear holes, ek link deta hoya caption de vich, tusi utthe link te click karke tusi sari gal baat nu through the podcast link, through the radio link tusi sun sakde ho. Je tusi kuch kehna chahne ho ta ditte number te tusi call karke gal baat da hissa ban sakde ho, number caption de vich maujood hai ji. Te ਮੈਂ ਤੁਹਾਨੂੰ ਦੱਸ ਵੀ ਦਿੰਦਾ ਨੰਬਰ, ਮੈਂ ਅਕਸਰ ਭੁੱਲ ਜਾਂਦਾ ਮੇਰਾ ਇਹ ਨੰਬਰ, ਨੰਬਰ ਹੈਗਾ 04524696631, ਇਸ ਨੰਬਰ 'ਤੇ ਤੁਸੀਂ ਕਾਲ ਕਰਕੇ ਲਾਈਵ ਗੱਲਬਾਤ ਦਾ ਹਿੱਸਾ ਬਣ ਸਕਦੇ ਹੋ। ਇਹ ਨੰਬਰ ਸਾਡਾ ਉਹ ਨੋਰਮਲ ਨੰਬਰ ਨਹੀਂ ਹੈ ਜਿੱਥੇ ਤੁਸੀਂ ਕਾਲ ਕਰਕੇ ਕੋਈ ਵੀ ਕੁਐਰੀ ਜਾਂ ਪ੍ਰੋਡਕਟ ਬਾਰੇ ਤੁਸੀਂ ਗੱਲਬਾਤ ਕਰਦੇ ਹੋ, ਇਹ ਸੈਪਰੇਟ ਨੰਬਰ ਹੈ ਜਿਹੜਾ ਤੁਸੀਂ ਥਰੂ ਆਊਟ ਦਾ ਰੇਡੀਓ ਕਾਲ ਦੇ ਥਰੂ ਹੀ ਕਰ ਸਕਦੇ ਹੋ। ਸੋ ਤੁਹਾਡੀ ਕਾਲ ਦਾ ਇੰਤਜ਼ਾਰ ਰਹੂਗਾ, ਜੇ ਤੁਸੀਂ ਕੋਈ ਵੀ ਗੱਲ ਕਹਿਣਾ ਚਾਹੁੰਦੇ ਹੋ, ਭਾਵੇਂ ਚੰਗੀ ਆ ਮਾੜੀ ਆ, ਫੀਡਬੈਕ ਦੇਣਾ ਚਾਹੁੰਦੇ ਹੋ, ਕੋਈ ਸਲਾਹ ਦੇਣਾ ਚਾਹੁੰਦੇ ਹੋ, ਕੁਛ ਪੁੱਛਣਾ ਚਾਹੁੰਦੇ ਹੋ, ਟੋਪਿਕ ਦੇ ਰਿਲੇਟਿਡ, ਪਹਿਲੇ ਟੋਪਿਕ ਜਿਹੜੇ ਲੰਘ ਚੁੱਕੇ ਨੇ ਉਹਨਾਂ ਦੇ ਰਿਲੇਟਿਡ ਜਾਂ ਆਉਣ ਵਾਲੇ ਟੋਪਿਕ ਦੇ ਰਿਲੇਟਿਡ ਤੁਸੀਂ ਕੁਛ ਵੀ ਪੁੱਛਣਾ ਸਕਦੇ ਹੋ, ਤੁਸੀਂ ਬਿਲਕੁਲ ਕਾਲ ਕਰਕੇ ਗੱਲਬਾਤ ਦਾ ਹਿੱਸਾ ਬਣ ਸਕਦੇ ਹੋ। ਜੇ ਤੁਸੀਂ ਕਾਲ ਨਹੀਂ ਕਰ ਸਕਦੇ, ਤੁਸੀਂ ਕਮੈਂਟ ਕਰਕੇ ਵੀ ਗੱਲਬਾਤ ਦਾ ਹਿੱਸਾ ਬਣ ਸਕਦੇ ਹੋ, ਅਤੇ ਟਾਈਮ ਜ਼ਿਆਦਾ ਨਾ ਖਰਾਬ ਕਰਦੇ, ਆਪਾਂ ਟੋਪਿਕ ਵੱਲ ਨੂੰ ਜਾਂਦੇ ਹਾਂ। ਅਤੇ ਜਿਵੇਂ ਮੈਂ ਦੱਸਿਆ ਹੈ ਕਿ ਬਹੁਤ ਵਾਰ ਆਪਾਂ ਇਹ ਚੀਜ਼ ਨੂੰ ਡਿਸਕਸ ਕਰ ਚੁੱਕੇ ਹਾਂ, ਅਤੇ ਬਹੁਤ ਵਾਰ ਦੱਸ ਚੁੱਕੇ ਹਾਂ ਕਿ ਕਿਹੜਾ ਕਿਹੜਾ ਫੂਡ ਅਲਾਓ ਹੈ, ਕਿਹੜਾ ਫੂਡ ਨਹੀਂ ਅਲਾਓ ਡਿਊਰਿੰਗ ਦਾ ਡਾਇਟ ਪਲਾਨ। ਅਤੇ ਕਹਿੰਦੇ ਨਹੀਂ, ਜਿਹੜੇ ਨਵੇਂ ਨੇ ਚਲੋ ਉਹਨਾਂ ਲਈ ਅਲੱਗ ਹੈ, ਪਰ ਮੈਨੂੰ ਗੱਲ ਯਾਦ ਆ ਗਈ, ਕਹਿੰਦੇ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਨੇ, ਸਾਨੂੰ ਵੀ ਤਿੰਨ ਤਰ੍ਹਾਂ ਦੇ ਲੋਕ ਮਿਲਦੇ ਨੇ। ਇੱਕ ਜਿਹੜੇ ਹੁੰਦੇ ਨੇ, ਪਹਿਲੀ ਤਰ੍ਹਾਂ ਦੇ ਲੋਕ ਹੁੰਦੇ ਨੇ ਜਿਹੜੇ ਪੱਥਰ ਵਾਂਗ ਹੁੰਦੇ ਨੇ, ਜੇ ਜਿੰਨਾ ਮਰਜ਼ੀ ਉਹਨਾਂ 'ਤੇ ਕੁਛ ਵੀ ਬੋਲੀ ਜਾਓ, ਪਾਣੀ ਸਿੱਟੀ ਜਾਓ, ਉਹਨਾਂ ਨੂੰ ਕੋਈ ਫਰਕ ਪੈਂਦਾ, ਦੇ ਲਾਈਕ ਅ ਸਟਬਨ, ਦੇ ਡੋਂਟ ਕੇਅਰ, ਦੇ ਉਹ ਆਪਣੀ ਹੀ ਡਾਇਟ ਪਲਾਨ ਨੂੰ ਫੋਲੋ ਕਰਨਗੇ, ਉਹ ਆਪਣਾ ਹੀ ਤਰੀਕੇ ਨਾਲ ਚੱਲਣਗੇ, ਭਾਵੇਂ ਉਹਨਾਂ ਨੂੰ ਜਿੰਨਾ ਮਰਜ਼ੀ ਕਹਿ ਦਿਓ ਕਿ ਬਾਈ ਇਸ ਟਾਈਮ 'ਤੇ ਇਹ ਚੀਜ਼ ਕਰ ਲਓ, ਇਸ ਟਾਈਮ 'ਤੇ ਆਹ ਚੀਜ਼ ਕਰ ਲਓ, ਆਪਣੇ ਹਿਸਾਬ ਨਾਲ ਖਾਣਾ ਸ਼ੁਰੂ ਕਰ ਲਓ, ਆਪਣੇ ਹਿਸਾਬ ਨਾਲ ਆਪਣੀ ਬਾਡੀ ਨੂੰ ਲਿਸਨ ਕਰਨਾ ਸ਼ੁਰੂ ਕਰ ਦਿਓ, ਬਟ ਦੇ ਸਟਿਲ ਥੈਂਕ ਯੂ ਸ਼ਿਵਾਨੀ, ਥੈਂਕ ਯੂ। ਅਤੇ ਉਹ ਹੁੰਦੇ ਨੇ ਪੱਥਰ ਦੇ ਉੱਤੇ, ਕਹਿੰਦੇ ਲਕੀਰ ਦੀ ਤਰ੍ਹਾਂ ਹੁੰਦੀ ਆ, ਉਹਨਾਂ ਦਾ ਕੋਈ ਫਰਕ ਨਹੀਂ ਪੈਂਦਾ। ਦੂਸਰੀ ਤਰ੍ਹਾਂ ਦੇ ਲੋਕ ਹੁੰਦੇ ਨੇ, ਉਹ ਕਾਇੰਡ ਆਫ ਲਾਈਕ ਟੋਵਲ ਦੀ ਤਰ੍ਹਾਂ ਹੁੰਦੇ ਨੇ, ਜਿਹੜਾ ਆਪਾਂ ਟੋਵਲ ਯੂਜ਼ ਕਰਦੇ ਹਾਂ, ਜਦੋਂ ਗਿੱਲਾ ਹੁੰਦਾ ਬਿਲਕੁਲ ਉਹਦੇ ਨਾਲ ਗਿੱਲਾ ਹੋ ਕੇ ਪਾਣੀ ਵਾਂਗ ਰਸ ਮਸ ਜਾਂਦੇ ਨੇ, ਪਰ ਜਿੱਦਾਂ ਹੀ ਉਹ ਸੁੱਕ ਜਾਂਦਾ ਤਾਂ ਪਾਣੀ ਉਹਦੇ 'ਚੋਂ ਨਿਕਲ ਜਾਂਦਾ, ਟੋਵਲ ਫਿਰ ਦੁਬਾਰਾ ਉਸੀ ਆਪਣੇ ਹਾਲਾਤਾਂ 'ਚ ਚਲਾ ਜਾਂਦਾ, ਉਸ ਤਰ੍ਹਾਂ ਦਾ ਹੀ ਹੋ ਜਾਂਦਾ ਜਿੱਦਾਂ ਦਾ ਉਹ ਗਿੱਲਾ ਹੋਣ ਤੋਂ ਪਹਿਲਾਂ ਹੁੰਦਾ। ਤਾਂ ਕਾਇੰਡ ਆਫ ਲਾਈਕ ਦੋਜ਼ ਪਰਸਨ ਗੈਟ ਮੋਟੀਵੇਟਿਡ ਵੈਰੀ ਕੁਇਕਲੀ, ਇੱਕੋਦਮ ਪੂਰੀ ਐਨਰਜੀ 'ਚ ਆ ਜਾਂਦੇ ਨੇ, ਇੱਕੋਦਮ ਪੂਰੇ ਮੋਟੀਵੇਟ ਹੋ ਜਾਂਦੇ ਨੇ, ਅਤੇ ਦੇ ਫੀਲ ਲਾਈਕ ਕਿ ਦੇ ਗੋਇੰਗ ਟੂ ਚੇਂਜ ਦਾ ਹੋਲ ਵਰਲਡ ਇਨ ਵੈਰੀ ਸਿੰਗਲ ਡੇ। ਅਤੇ ਇਹ ਲੋਕਾਂ 'ਚ ਐਨਰਜੀ ਬਹੁਤ ਹੁੰਦੀ ਹੈ, ਪਰ ਇਹ ਥੋੜ੍ਹੀ ਦੇਰ ਬਾਅਦ ਇਹ ਫੁੱਸ ਹੋ ਜਾਂਦਾ, ਜਿਵੇਂ ਅਸਤਬਾਜੀ ਚੱਲਦਾ ਨਾ, ਉਹ ਥੱਲੋਂ ਬੜੀ ਜ਼ੋਰ ਨਾਲ ਚੱਲਦਾ ਅਤੇ ਉੱਤੇ ਜਾ ਕੇ ਪਟਾਕਾ ਪੈ ਜਾਂਦਾ ਉਹਦਾ। ਦੇ ਆਰ ਦਾ ਪੀਪਲ ਕਾਇੰਡ ਆਫ ਦੋਸ ਪੀਪਲ, ਦੇ ਮੋਟੀਵੇਟ ਵੈਰੀ ਕੁਇਕਲੀ, ਦੇ ਵਾਂਟ ਟੂ ਡੂ ਇਟ ਐਵਰੀਥਿੰਗ ਇਨ ਵਨ ਡੇ। ਜੇ ਜਿੰਮ ਜਾਂਦੇ ਨੇ, ਜਿੰਮ ਜਾਂਦੇ ਸਾਰੀ ਪਹਿਲੇ ਦਿਨ ਹਜੇ ਐਕਸਰਸਾਈਜ਼ ਕੀਤੀ ਚਾਹੇ ਨਹੀਂ ਕੀਤੀ, ਪ੍ਰੋਟੀਨ ਪਾਊਡਰ ਵੀ ਲਿਆਉਣਗੇ, ਮਲਟੀ ਵਿਟਾਮਿਨਸ ਵੀ ਲਿਆਉਣਗੇ, ਅਤੇ ਅੰਡਿਆਂ ਦੀਆਂ 2-4 ਟ੍ਰੇਆਂ ਵੀ ਲਿਆਉਣਗੇ, ਮਤਲਬ ਪੂਰੀ ਗੱਲਬਾਤ ਕਰ ਲੈਂਦੇ ਨੇ। ਅਤੇ ਜਿਵੇਂ ਹੀ ਕਹਿੰਦੇ ਡਰਾਈ ਹੋ ਜਾਂਦਾ, ਜਿਵੇਂ ਤੌਲੀਆ ਸੁੱਕ ਜਾਂਦਾ ਹੈ, ਫਿਰ ਉੱਦਾਂ ਦੇ ਹੋ ਜਾਂਦੇ ਨੇ ਕਿ ਦੇਖਾ ਜਾਵਾਂਗੇ ਫਿਰ ਕਰਾਂਗੇ। ਤੀਸਰੀ ਤਰ੍ਹਾਂ ਦੇ ਲੋਕ ਹੁੰਦੇ ਨੇ, ਇਹ ਥੋੜ੍ਹੇ ਜਿਹੇ ਡੈਲੀਕੇਟ ਜਿਹੇ ਹੁੰਦੇ ਨੇ, ਦੇ ਆਰ ਪੀਪਲ ਲਾਈਕ ਲੈਮਨ ਇਨ ਵਾਟਰ, ਇਹ ਬੜੀ ਛੇਤੀ ਘੁਲ ਮਿਲ ਜਾਂਦੇ ਨੇ, ਇਹ ਬੜੇ ਧਿਆਨ ਨਾਲ ਸੁਣਦੇ ਨੇ, ਬੜੇ ਧਿਆਨ ਨਾਲ ਫੋਲੋ ਅਪ ਕਰਦੇ ਨੇ ਸਾਰੀ ਚੀਜ਼,
ਤਰੀਕੇ ਨਾਲ ਕਰਦੇ ਨੇ, ਬਟ ਇਹ ਇਹ ਛੇਤੀ ਛੇਤੀ ਲੋਕ ਜਿਹੜੇ ਹੁੰਦੇ ਨੇ ਇਹ ਡੀਮੋਟਿਵ ਬੜੀ ਛੇਤੀ ਹੋ ਜਾਂਦੇ ਨੇ, ਬਿਕੋਸ ਇਹਨਾਂ ਦੀ ਨੇਚਰ ਹੁੰਦੀ ਹੈ ਦੇ ਲਿਸਨ ਯੂ ਵੈਰੀ ਪ੍ਰੋਪਰਲੀ, ਦੇ ਫੋਲੋ ਯੂ ਵੈਰੀ ਪ੍ਰੋਪਰਲੀ, ਦੇ ਐਕਚੁਲੀ ਦੇ ਫੋਲੋ ਦਾ ਥਿੰਗਸ ਵੈਰੀ ਹਾਰਡ, ਬੜੇ ਸਟ੍ਰਿਕਟਲੀ ਉਹਨੂੰ ਫੋਲੋ ਕਰਦੇ ਨੇ, ਅਤੇ ਜਿਸ ਕਰਕੇ ਜਦੋਂ ਇਹਨਾਂ ਨੂੰ ਰਿਜ਼ਲਟ ਨਹੀਂ, ਬਟ ਦੇ ਬੜੀ ਛੇਤੀ ਡੀਮੋਟਿਵ ਹੋ ਜਾਂਦੇ, ਦੇ ਆਰ ਦਾ ਕਾਇੰਡ ਆਫ ਗੁੱਡ ਪੀਪਲ ਵੀ ਵਾਂਟ, ਅਤੇ ਟੱਚਵੁੱਡ ਲੱਕੀਲੀ ਹੈਲਥਡਰੋਪ 'ਚ ਜ਼ਿਆਦਾਤਰ ਸਾਡੇ ਜਿਹੜੇ ਕਸਟਮਰ ਨੇ ਉਹ ਲਾਈਕ ਲੈਮਨ ਇਨ ਵਾਟਰ ਛੇਤੀ ਸਾਡੇ ਨਾਲ ਘੁਲ ਮਿਲ ਜਾਂਦੇ ਨੇ, ਥੈਂਕਸ ਟੂ ਆਲ ਯੂ ਗਾਇਸ, ਥੈਂਕਸ ਟੂ ਬੀ ਹੇਅਰ। ਬਟ ਗੱਲਬਾਤ ਕਰਦੇ ਹਾਂ ਜਿਵੇਂ ਡਾਇਟ ਪਲਾਨ ਅਤੇ ਫੂਡ ਅਲਾਓ ਦੀ ਗੱਲ ਕਰਦੇ ਹਾਂ, ਤਾਂ ਆਪਾਂ ਸਾਡਾ ਸਿੰਪਲ ਫਾਰਮੂਲਾ ਹੈ, ਸਿੰਪਲ ਫਾਰਮੂਲਾ ਹੈ ਟੂ ਕੀਪ ਇਟ ਲਾਈਕ ਅ ਸਿੰਪਲ ਫਾਰਮੂਲਾ, ਜਿਹੜਾ ਹੈ ਕਿ ਉਹਨੂੰ ਕਹਿੰਦੇ ਕਿਸ, ਉਹ ਵਾਲੀ ਕਿਸ ਨਹੀਂ ਹੈ, ਗਲਤ ਨਾ ਸਮਝਿਓ, ਕਿਸ ਇਜ਼ ਮੇਨ ਕੀਪ ਇਟ ਸਿੰਪਲ, ਸਿਲੀ ਵੀ ਕਹਿ ਸਕਦੇ ਹੋ, ਸਵੀਟੀ ਵੀ ਕਹਿ ਸਕਦੇ ਹੋ, ਜੋ ਮਰਜ਼ੀ ਕਰ ਲਓ, ਇਸ 'ਤੇ ਤੁਹਾਡੀ ਮਰਜ਼ੀ ਹੈ, ਜੋ ਮਰਜ਼ੀ ਪਲੇ ਅਰਾਊਂਡ ਕਰ ਲਓ, ਬਟ ਇਸ ਕੀਪ ਇਟ ਸਿੰਪਲ, ਜਿੰਨਾ ਆਪਾਂ ਇਹਨੂੰ ਸਿੰਪਲ ਰਹਿ ਕੇ ਚੱਲਾਂਗੇ, ਜਿੰਨਾ ਆਪਾਂ ਇਹਨੂੰ ਸਿੰਪਲੀ ਸਿੰਪਲ ਰੱਖਾਂਗੇ, ਵਿਦਾਊਟ ਕਹਿੰਦੇ ਨਹੀਂ ਕਿ ਕੁਛ ਸਪੈਸ਼ਲ ਚੀਜ਼ਾਂ ਐਡ ਕਰੇ ਬਿਨਾਂ, ਇਹਨੂੰ ਜਿੰਨਾ ਆਪਾਂ ਸਿੰਪਲ ਰੱਖ ਕੇ ਚੱਲਾਂਗੇ ਉਨਾ ਹੀ ਬੈਟਰ ਹੈ। ਆਪਾਂ ਚੀਜ਼ਾਂ ਕੰਪਲੀਕੇਟਿਡ ਨਾ ਕਰੀਏ, ਆਪਾਂ ਲੰਚ, ਕਾਫੀ ਲੋਕ ਹੈ ਜਿਹੜੇ ਲੰਚ ਡਿਨਰ ਬ੍ਰੇਕਫਾਸਟ 'ਚ ਕਨਫਿਊਜ਼ ਰਹਿੰਦੇ ਨੇ ਕਿ ਲੰਚ 'ਚ ਕੀ ਖਾਈਏ, ਡਿਨਰ 'ਚ ਕੀ ਖਾਈਏ, ਬ੍ਰੇਕਫਾਸਟ 'ਚ ਕੀ ਖਾਈਏ, ਉਹਨਾਂ ਸਾਰਿਆਂ ਨੂੰ ਮੇਰੀ ਇਹ ਗੱਲਬਾਤ ਹੈ। ਬਹੁਤ ਵਾਰ ਆਪਾਂ ਇਹ ਡਿਸਕਸ ਵੀ ਕੀਤਾ, ਬਟ ਮੈਂ ਫਿਰ ਵੀ ਦੱਸਣਾ ਚਾਹੁੰਦਾ ਕਿ ਲੰਚ ਡਿਨਰ ਜੇ ਬ੍ਰੇਕਫਾਸਟ ਹੈ, ਇਹ ਇੱਕ ਟਾਈਮ 'ਤੇ ਫੂਡ ਜਦੋਂ ਆਪਾਂ ਖਾਂਦੇ ਹਾਂ ਉਹਨਾਂ ਦੇ ਨਾਮ ਨੇ। ਜਿੱਦਾਂ ਆਪਾਂ ਸੌਣ ਲੱਗੇ ਹਮੇਸ਼ਾ ਗੁੱਡ ਨਾਈਟ ਕਹਿੰਦੇ ਹਾਂ, ਉੱਠਣ ਲੱਗੇ ਆਪਾਂ ਗੁੱਡ ਮੋਰਨਿੰਗ ਕਹਿੰਦੇ ਹਾਂ, ਜੇ ਤੁਸੀਂ ਦੁਪਹਿਰ ਨੂੰ ਸੌਣ ਲੱਗੇ ਹੋ ਤਾਂ ਤੁਸੀਂ ਗੁੱਡ ਨਾਈਟ ਨਹੀਂ ਕਹੋਗੇ, ਤੁਸੀਂ ਕੁਛ ਹੋਰ ਕਹੋਗੇ, ਮੈਨੂੰ ਨਹੀਂ ਪਤਾ ਕੀ ਕਹਿੰਦੇ, ਆਈ ਥਿੰਕ ਇਹ ਕਹਿੰਦੇ ਨੇ ਇਹ ਸੈਂਟੈਂਸ ਬਣਦਾ ਆਈ ਐਮ ਗੋਇੰਗ ਟੂ ਇੰਜੋਏ ਸਿਸਤਾ ਸਮਥਿੰਗ, ਇੱਦਾਂ ਦਾ ਹੁੰਦਾ, ਬਟ ਇਫ ਯੂ ਸਲੀਪਿੰਗ ਇਨ ਆਫਟਰਨੂਨ ਯੂ ਨੈਵਰ ਗੋਨਾ ਸੇ ਗੁੱਡ ਨਾਈਟ। ਸੇਮ ਚੀਜ਼ ਹੈ ਜੇ ਰਾਤ ਨੂੰ ਅੱਧੀ ਰਾਤ ਨੂੰ ਕਹਿੰਦੇ ਘੰਟੇ ਬਾਅਦ ਉੱਠ ਗਏ ਜਾਂ ਦੁਪਹਿਰ ਨੂੰ ਉੱਠ ਗਏ ਤਾਂ ਉੱਠ ਕੇ ਤੁਸੀਂ ਗੁੱਡ ਮੋਰਨਿੰਗ ਨਹੀਂ ਕਹੋਗੇ। ਸੇਮ ਚੀਜ਼ ਹੈ ਕਿ ਲੰਚ ਡਿਨਰ ਬ੍ਰੇਕਫਾਸਟ ਇਹ ਮੀਲ ਦੇ ਨਾਮ ਨੇ, ਇਟਸ ਨੋਟ ਅਬਾਊਟ ਕਿ ਤੁਸੀਂ ਕੋਈ ਡਿਫਰੈਂਸ਼ੀਏਟ ਨਹੀਂ ਕੀਤਾ ਕਿ ਬ੍ਰੇਕਫਾਸਟ, ਹਾਂ ਕੁਛ ਚੀਜ਼ਾਂ ਨੂੰ ਛੱਡ ਕੇ ਓਬਵੀਅਸਲੀ ਸ਼ੂਗਰ, ਦਹੀਂ ਜਾਂ ਇੱਦਾਂ ਦੀਆਂ ਚੀਜ਼ਾਂ ਦੀ ਡਿਫਰੈਂਟ ਡਿਫਰੈਂਟ ਤਸੀਰ ਹੁੰਦੀ ਹੈ, ਡਿਫਰੈਂਟ ਡਿਫਰੈਂਟ ਨੇਚਰ ਹੁੰਦੀ ਹੈ ਫੂਡ ਦੀ, ਬਟ ਮੈਜੋਰਟੀ ਆਫ ਦਾ ਫੂਡ ਇਜ ਦਿਸ, ਨਥਿੰਗ ਰੋਂਗ, ਕੁਛ ਨਹੀਂ ਡਿਫਰੈਂਸ਼ੀਏਟ ਕੀਤਾ ਕਿ ਆਪਾਂ ਬ੍ਰੇਕਫਾਸਟ 'ਚ ਆਪਾਂ ਇਹੀ ਚੀਜ਼ ਖਾਵਾਂਗੇ, ਲੰਚ 'ਚ ਆਪਾਂ ਇਹੀ ਚੀਜ਼ ਖਾਵਾਂਗੇ ਅਤੇ ਡਿਨਰ 'ਚ ਆਪਾਂ ਇਹੀ ਚੀਜ਼ ਖਾਵਾਂਗੇ। ਜੇ ਅਸੀਂ ਥੋੜ੍ਹਾ ਜਿਹਾ ਪਿੱਛੇ ਚੱਲ ਜਾਈਏ, ਆਪਣੇ 10-20 ਸਾਲ ਪਿੱਛੇ ਚੱਲ ਜਾਈਏ, ਜਾਂ ਆਪਣੇ ਗ੍ਰੈਂਡ ਪੇਰੈਂਟਸ ਵੱਲ ਨੂੰ ਚੱਲ ਜਾਈਏ, ਜੋ ਰਾਤ ਦੀ ਸਬਜ਼ੀ ਹੁੰਦੀ ਸੀ ਉਹ ਸਵੇਰੇ ਉਹੀ ਚੀਜ਼ ਖਾ ਲੈਂਦੇ ਸੀ। ਉਹਨਾਂ ਲਈ ਇਹ ਨਹੀਂ ਹੁੰਦਾ ਕਿ ਸਵੇਰ ਨੂੰ ਕੋਈ ਹੋਰ ਸਬਜ਼ੀ ਬਣਦੀ ਹੈ, ਦੁਪਹਿਰ ਨੂੰ ਕੋਈ ਹੋਰ ਸਬਜ਼ੀ ਬਣਦੀ ਹੈ, ਰਾਤ ਨੂੰ ਕੋਈ ਹੋਰ ਸਬਜ਼ੀ ਬਣਦੀ ਹੈ। ਇੰਡੀਆ 'ਚ ਇਹ ਪੋਸੀਬਲ ਵੀ ਹੋ ਸਕਦਾ ਸੀ ਕਿ ਸਵੇਰੇ ਆਪਾਂ ਕੋਈ ਹੋਰ ਸਬਜ਼ੀ ਬਣਾ ਲਈ, ਸ਼ਾਮ ਨੂੰ ਕੋਈ ਹੋਰ ਸਬਜ਼ੀ ਬਣਾ ਲਈ, ਰਾਤ ਨੂੰ ਹੋਰ ਸਬਜ਼ੀ ਬਣਾ ਲਈ, ਪਰ ਆਸਟ੍ਰੇਲੀਆ ਜਾਂ ਬਾਹਰਲੇ ਮੁਲਕਾਂ 'ਚ ਆਪਾਂ ਜਦੋਂ ਆ ਜਾਂਦੇ ਹਾਂ, ਜਾਂ ਇੰਡੀਆ 'ਚ ਵੀ ਅੱਜ ਕੱਲ੍ਹ ਲਾਈਫ ਸਟਾਈਲ ਇੰਨਾ ਜ਼ਿਆਦਾ ਬਿਜ਼ੀ ਹੋ ਚੁੱਕਿਆ ਕਿ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਦਿਨ 'ਚ ਆਪਾਂ ਚਾਰ ਚਾਰ ਵਾਰੀ ਚੀਜ਼ਾਂ ਬਣਾਈਏ, ਅਤੇ ਇੱਕੋ ਵਾਰੀ ਬਣਾਓ ਜਦੋਂ ਬਣਾਈ ਹੈ। ਜਿਵੇਂ ਸਾਡੇ ਘਰਾਂ 'ਚ ਅਕਸਰ ਰਾਤ ਨੂੰ ਅਸੀਂ ਨਵੀਂ ਸਬਜ਼ੀ ਬਣਾਈ ਦੀ ਹੈ, ਉਹੀ ਸਵੇਰੇ ਵੀ ਚੱਲ ਜਾਂਦੀ ਹੈ, ਲੰਚ 'ਚ ਵੀ ਚੱਲ ਜਾਂਦੀ ਹੈ, ਅਗਲੇ ਦਿਨ ਫਿਰ ਨਵੀਂ ਬਣਾ ਲਈ ਦੀ ਹੈ। ਜੇ ਕਈ ਵਾਰ ਜ਼ਿਆਦਾ ਮੂਡ ਹੋਵੇ ਤਾਂ ਦੂਜੀ ਵਾਰ ਦੁਪਹਿਰ ਨੂੰ ਬਣ ਜਾਂਦੀ ਹੈ ਕਿ ਸਵੇਰੇ ਸਬਜ਼ੀ ਬਣਾਉਣ ਦਾ ਟਾਈਮ ਕਿਹਦੇ ਕੋਲ ਹੁੰਦਾ। ਅਤੇ ਮੇਕ ਇਟ ਸਿੰਪਲ, ਕੀਪ ਇਟ ਸਿੰਪਲ, ਜਿੰਨਾ ਆਪਾਂ ਸੌਖੇ ਤਰੀਕੇ ਨਾਲ ਚੱਲਾਂਗੇ ਉਨਾ ਹੀ ਸੌਖਾ ਤਰੀਕਾ ਚੱਲੂਗਾ। ਅਤੇ ਜੇ ਆਪਾਂ ਗਰੋਸਰੀ ਲਿਸਟ ਦੀ ਗੱਲ ਕਰੀਏ, ਜਿਹੜਾ ਫੂਡ ਅਲਾਉਂਸ ਹੈ, ਪਹਿਲੀ ਗੱਲ ਜਿਹੜਾ ਵੀ ਇਹਦੇ 'ਚ ਤੁਸੀਂ ਕੁਕਿੰਗ ਕਰਨੀ ਹੈ, ਬਿਕੋਜ਼ ਸਾਡੇ ਮੈਜੋਰਟੀ ਆਫ ਕਸਟਮਰ ਵੀ ਆਲਵੇਜ਼ ਟਾਰਗੇਟ, ਜਿਹੜੇ ਸਾਡੇ ਮੈਜੋਰਟੀ ਕਸਟਮਰ ਨੇ ਉਹ ਇੰਡੀਅਨ ਹੀ ਹੈ, ਜਾਂ ਆਪਣੇ ਨੇ, ਇੰਡੀਅਨ, ਪਾਕਿਸਤਾਨੀ, ਬੰਗਲਾਦੇਸ਼ੀ, ਜਾਂ ਸ਼੍ਰੀਲੰਕਨ, ਜਾਂ ਆਪਣੀ ਕਮਿਊਨਿਟੀ ਦੇ ਹੀ ਲੋਕ ਨੇ। ਅਤੇ ਸਾਨੂੰ ਰੀਜ਼ਨ ਕੀ, ਅਸੀਂ ਉਹਨਾਂ ਨੂੰ ਟਾਰਗੇਟ ਵੀ ਇਸੇ ਲਈ ਕਰਦੇ ਹਾਂ ਬਿਕੋਜ਼ ਵੀ ਨੋ ਕਿ ਉਹ ਰੈਗੂਲਰ ਬੇਸਿਸ 'ਤੇ ਆਪਣੇ ਘਰਾਂ 'ਚ ਖਾਂਦੇ ਨੇ, ਕਿ ਉਹਨਾਂ ਦੇ ਰਿਲੇਸ਼ਨ ਦੇ ਫੂਡ ਦੇ ਨਾਲ, ਜਾਂ ਉਹ ਫੂਡ ਨੂੰ ਕਿਵੇਂ ਦੇਖਦੇ ਨੇ, ਜਾਂ ਅਸੀਂ ਕਿਸੇ ਦੇ ਘਰ ਜਾਂਦੇ ਹਾਂ ਤਾਂ ਅਸੀਂ ਕੀ ਸੋਚ ਕੇ ਜਾਂਦੇ ਹਾਂ, ਜਾਂ ਉੱਥੇ ਜਾਂਦੇ ਹਾਂ ਤਾਂ ਸਾਨੂੰ ਕਿਸ ਤਰ੍ਹਾਂ ਦੇ ਫੂਡ ਮਿਲਦੇ ਆ, ਅਤੇ ਸਾਡੇ ਫੂਡ ਨਾਲ ਕੀ ਰਿਲੇਸ਼ਨ ਹੈ ਸਾਨੂੰ ਪਤਾ, ਸੋ ਵੀ ਫੀਲ ਕੰਫਰਟੇਬਲ ਐਂਡ ਇਟਸ ਈਜ਼ੀ ਫੋਰ ਅਸ ਟੂ ਹੈਲਪ ਦੋਜ ਪੀਪਲ। ਅਸੀਂ ਗੋਰਿਆਂ ਜਾਂ ਕਿਸੇ ਹੋਰ ਕਮਿਊਨਿਟੀ ਨੂੰ ਜ਼ਿਆਦਾ ਟਾਰਗੇਟ ਨਹੀਂ ਕਰਦੇ, ਵੀ ਵੈਲਕਮ ਆਲ, ਬਟ ਵੀ ਟਰਾਈ ਟੂ ਕਵਰ ਓਨਲੀ ਅਵਰ ਇੰਡੀਅਨਸ, ਇੰਡੀਅਨ, ਪਾਕਿਸਤਾਨੀ, ਬੰਗਲਾਦੇਸ਼ੀ, ਇਹ ਸਾਰੇ ਆਪਣੇ ਹੈਗੇ ਨਾ। ਅਤੇ ਗਰੋਸਰੀ ਲਿਸਟ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਉਹੀ ਚੀਜ਼ ਗੱਲ ਕਰ ਰਿਹਾ, ਜੋ ਵੀ ਤੁਸੀਂ ਫੂਡ ਕੁੱਕ ਕਰਨਾ ਉਹ ਆਪਣੇ ਇੰਡੀਅਨ ਸਟਾਈਲ ਨਾਲ ਕਰਨਾ, ਪ੍ਰੋਪਰ ਤੜਕਾ ਲਾ ਕੇ ਕਰਨਾ, ਤੇਲ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ, ਤੇਲ ਆਪਣਾ ਦੁਸ਼ਮਣ ਨਹੀਂ ਹੈ, ਬਟ ਹਾਂ ਇੱਕ ਮੋਡਰੇਟ ਕੁਆਂਟਿਟੀ 'ਚ ਹੀ ਆਪਾਂ ਪਾਉਣਾ ਜੇ ਤੁਸੀਂ ਆਇਲ ਯੂਜ਼ ਕਰ ਰਹੇ ਹੋ ਕੁਕਿੰਗ ਵੇਲੇ, ਬਟ ਯੂ ਕੈਨ ਯੂਜ਼ ਇਟ ਇਨ ਅ ਨੋਰਮਲ ਵੇ, ਆਲ ਦਾ ਸਪਾਈਸੀ, ਜਿੰਜਰ, ਗਾਰਲਿਕ, ਸਪਾਈਸੀ ਜਿੰਨੇ ਵੀ ਹੁੰਦੇ ਆ, ਹਲਦੀ, ਮਿਰਚਾਂ, ਨਮਕ, ਗਰਮ ਮਸਾਲਾ, ਜੋ ਵੀ ਤੁਸੀਂ ਯੂਜ਼ ਕਰਦੇ ਹੋ, ਯੂ ਕੈਨ ਯੂਜ਼ ਦੈਟ ਆਲ ਸਪਾਈਸਿਸ। ਅਤੇ ਗਰੋਸਰੀ ਲਿਸਟ ਦੀ ਗੱਲ ਕਰੀਏ, ਜੇ ਤੁਸੀਂ ਨੋਨ ਵੈਜ ਖਾਂਦੇ ਹੋ, ਇਹ ਨਹੀਂ ਹੈ ਕਿ ਇਹ ਸਾਡਾ ਪਲਾਨ ਸਿਰਫ ਨੋਨ ਵੈਜ ਵਾਸਤੇ ਹੈ, ਇਹ ਪਲਾਨ ਵੈਜੀਟੇਰੀਅਨ ਨੂੰ ਵੀ ਉਨਾ ਹੀ ਅਕੋਮੋਡੇਟ ਕਰਦਾ, ਸੋ ਵੀ ਗੋਇੰਗ ਟੂ ਡਿਸਕਸ ਆਲ ਦਾ ਜਿਹੜੀ ਆਪਾਂ ਗਰੋਸਰੀ ਲਿਸਟ ਦੀ ਗੱਲ ਕਰ ਸਕਦੇ ਹਾਂ। ਜੇ ਤੁਸੀਂ ਨੋਨ ਵੈਜ ਖਾਂਦੇ ਹੋ, ਤੁਸੀਂ ਚਿਕਨ, ਫਿਸ਼, ਮੀਟ, ਅੰਡੇ, ਸੀ ਫੂਡ ਸਭ ਕੁਛ ਖਾ ਸਕਦੇ ਹੋ,
ਤੁਸੀਂ ਆਪਣੇ ਸਟਾਈਲ ਨਾਲ ਕੁੱਕ ਕਰ ਸਕਦੇ ਹੋ, ਜੇ ਗੋਟ ਕਰੀ ਬਣਾ ਰਹੇ ਹੋ ਤੁਸੀਂ ਗੋਟ ਕਰੀ ਬਣਾ ਸਕਦੇ ਹੋ, ਚਿਕਨ ਕਰੀ ਬਣਾ ਰਹੇ ਹੋ ਚਿਕਨ ਕਰੀ ਬਣਾ ਸਕਦੇ ਹੋ, ਬੀਫ ਕਰੀ ਬਣਾ ਰਹੇ ਹੋ ਤੁਸੀਂ ਬੀਫ ਕਰੀ ਬਣਾ ਸਕਦੇ ਹੋ, ਇਹਦੇ 'ਚ ਕੋਈ ਇਸ਼ੂ ਨਹੀਂ ਹੈ। ਬਟ ਘਰ ਬਣਾ ਕੇ, ਬਿਕੋਜ਼ ਓਬਵੀਅਸਲੀ ਜੇ ਰੈਸਟੋਰੈਂਟ 'ਤੇ ਆਪਾਂ ਖਾਂਦੇ ਹਾਂ ਉਹਨਾਂ ਦਾ ਵੇ ਆਫ ਕੁਕਿੰਗ ਇਜ਼ ਟੋਟਲੀ ਡਿਫਰੈਂਟ। ਭਾਵੇਂ ਚਿਕਨ ਚਿਕਨ ਹੀ ਹੁੰਦਾ, ਘਰ ਵੀ ਚਿਕਨ ਹੈ ਅਤੇ ਬਾਹਰ ਵੀ ਚਿਕਨ ਹੈ, ਬਟ ਦ ਵੇ ਆਫ ਕੁਕਿੰਗ ਇਜ਼ ਟੋਟਲੀ ਡਿਫਰੈਂਟ, ਮੈਰੀਨੇਸ਼ਨ ਇਜ਼ ਟੋਟਲੀ ਡਿਫਰੈਂਟ। ਸੋ ਵੀ ਹਾਈਲੀ ਅਸੀਂ ਹਾਈਲੀ ਰੈਕਮੈਂਡ ਕਰਦੇ ਹਾਂ ਕਿ ਜੇ ਤੁਸੀਂ ਚਿਕਨ ਜਾਂ ਕੋਈ ਵੀ ਚੀਜ਼ ਖਾ ਰਹੇ ਹੋ, ਕਿਸੇ ਤਰ੍ਹਾਂ ਦਾ ਵੀ ਫੂਡ ਖਾ ਰਹੇ ਹੋ, ਮੇਕ ਸ਼ੋਰ ਯੂ ਈਟ ਐਟ ਹੋਮ। ਘਰ ਹੀ ਕੁੱਕ ਕਰੋ, ਘਰ ਬਹਿ ਕੇ ਨਹੀਂ ਖਾਣਾ, ਬਾਹਰ ਜਾ ਕੇ ਖਾ ਲਓ, ਕੋਈ ਪ੍ਰੋਬਲਮ ਨਹੀਂ ਹੈ। ਬਟ ਯੂ ਹੈਵ ਕੁਕਿੰਗ ਸ਼ੁੱਡ ਬੀ ਐਟ ਹੋਮ ਮੇਡ ਕੁਕਿੰਗ ਹੋਣੀ ਚਾਹੀਦੀ ਹੈ। ਅਤੇ ਆਹ ਆ ਗਈ ਨੋਨ ਵੈਜ ਦੀ ਗੱਲ, ਜੇ ਆਪਾਂ ਵੈਜਿਸ ਦੀ ਗੱਲ ਕਰੀਏ, ਯੂ ਕੈਨ ਹੈਵ ਪ੍ਰੀਟੀ ਮੱਚ ਆਲ ਦਾ ਵੈਜਿਸ, ਜਿਹਦੇ ਵਿੱਚ ਸਾਗ, ਪਾਲਕ, ਸ਼ਿਮਲਾ ਮਿਰਚ, ਗੋਭੀ, ਐਗ ਪਲਾਂਟ, ਜੁਕੀਨੀ, ਬੀਨਸ, ਆ ਸਾਰੀਆਂ ਸਬਜ਼ੀਆਂ ਜਿੰਨੀਆਂ ਵੀ ਅਵੇਲੇਬਲ ਨੇ ਮਾਰਕੀਟ ਦੇ ਵਿੱਚ ਹੁੰਦੀਆਂ, ਉਹ ਤੁਸੀਂ ਸਾਰੀਆਂ ਸਬਜ਼ੀਆਂ ਤੁਸੀਂ ਖਾ ਸਕਦੇ ਹੋ। ਸਾਰੀਆਂ ਦਾਲਾਂ, ਛੋਲੇ, ਰਾਜਮਾਂਹ, ਟੋਫੂ, ਪਨੀਰ, ਪਨੀਰ ਘਰ ਬਣਾਇਆ ਹੋਇਆ ਸਕਿਮ ਮਿਲਕ ਦਾ, ਇਹੀ ਮਿਲਕ ਪ੍ਰੋਡਕਟ ਅਲਾਓ ਹੈ ਡਿਊਰਿੰਗ ਦਾ ਫੇਸ ਟੂ, ਡਿਊਰਿੰਗ ਦਾ ਵੇਟ ਲੂਸ, ਜਿੰਨੀ ਦੇਰ ਆਪਾਂ ਵੇਟ ਲੂਸ ਕਰਦੇ ਹਾਂ। ਹੋਰ ਕੋਈ ਮਿਲਕ ਪ੍ਰੋਡਕਟ ਅਲਾਓ ਨਹੀਂ ਹੈ। ਚਾਹ ਕੌਫੀ ਤੁਸੀਂ ਪੀ ਸਕਦੇ ਹੋ ਜਿੰਨੀ ਮਰਜ਼ੀ, ਬਟ ਤੁਸੀਂ ਦੁੱਧ ਦੀ ਕੁਆਂਟਿਟੀ ਜਿੰਨੀ ਘੱਟੋ ਘੱਟ ਹੋ ਸਕੇ ਉੰਨੀ ਉਹਦੇ 'ਚ ਰੱਖਣੀ ਹੈ। ਦੁੱਧ ਦੀ ਕੁਆਂਟਿਟੀ, ਸੋਰੀ ਮੈਨੂੰ ਬਾਰ ਬਾਰ ਫੋਨ ਡਿਸਟਰੈਕਟ ਕਰ ਰਿਹਾ, ਅਤੇ ਦੁੱਧ ਦੀ ਕੁਆਂਟਿਟੀ ਤੁਸੀਂ ਵੈਰੀ ਲਿਮਿਟਿਡ ਰੱਖਣੀ ਹੈ, ਆਲਮੋਸਟ 1 or 2 ਟੇਬਲ ਸਪੂਨ ਅਸੀਂ ਕਹਿੰਦੇ ਹਾਂ, ਜਿੰਨੀ ਘੱਟੋ ਘੱਟ ਹੋ ਸਕੇ। ਅਤੇ ਚਾਹ ਕੌਫੀ ਤੁਸੀਂ ਜਿੰਨੀ ਮਰਜ਼ੀ ਪੀ ਸਕਦੇ ਹੋ, ਐਜ਼ ਆਈ ਲਵ ਕੌਫੀ ਐਂਡ ਟੀ ਆਲਵੇਜ਼। ਅਤੇ ਆ ਜਸਟ ਫਿਨਿਸ਼, ਥੋੜ੍ਹੀ ਜਿਹੀ ਰਹਿ ਗਈ, ਠੰਡੀ ਹੋ ਗਈ ਪਰ। ਅਤੇ ਚਾਹ ਕੌਫੀ ਤੁਸੀਂ ਪੀ ਸਕਦੇ ਹੋ, ਇਹਦੇ 'ਚ ਕੋਈ ਪ੍ਰੋਬਲਮ ਨਹੀਂ ਹੈ, ਕੁੱਕ ਕਰਨਾ ਤੁਸੀਂ ਆਪਣੇ ਸਾਂ। ਉਸ ਤੋਂ ਬਾਅਦ ਆ ਜਾਂਦਾ ਕਿ ਤੁਸੀਂ ਕੁਆਂਟਿਟੀ ਕਿੰਨੀ ਖਾਣੀ ਹੈ। ਯੂ ਡੋਂਟ ਨੀਡ ਟੂ ਮੇਜਰ ਦਾ ਕੁਆਂਟਿਟੀ ਕਿ 100 ਗ੍ਰਾਮ ਖਾਣਾ, 200 ਗ੍ਰਾਮ ਖਾਣਾ, 500 ਗ੍ਰਾਮ ਖਾਣਾ। ਯੂ ਨੀਡ ਟੂ ਈਟ ਅਕੋਰਡਿੰਗ ਟੂ ਯੂਰ ਬੋਡੀ, ਜਿੰਨੀ ਤੁਹਾਨੂੰ ਇੱਛਾ ਤੁਸੀਂ ਉੰਨਾ ਹੀ ਖਾਣਾ। ਜਿੱਥੇ 2 ਵਾਰੀ ਖਾਣਾ, ਭਾਵੇਂ 4 ਵਾਰੀ ਖਾ ਲਓ, ਬਟ ਇਹ ਨਹੀਂ ਹੈ ਕਿ ਆਪਣੇ 2 or 3 meal ਆਪਾਂ ਮਿਸ ਕਰੀਏ। ਯੂ ਕੈਨ ਇੰਜੋਏ ਯੂਅਰ ਫੂਡ ਜਿੱਦਾਂ ਤੁਹਾਨੂੰ ਪਸੰਦ ਹੈ, ਜੇ ਤੁਸੀਂ 2 ਵਾਰੀ ਖਾਣਾ, 4 ਵਾਰੀ ਖਾਣਾ, ਦੇਰ ਇਜ਼ ਨੋ ਸੱਚ ਇਸ਼ੂ। ਬਟ ਆ ਹਾਈਲੀ ਰੈਕਮੈਂਡ ਇਫ ਯੂ ਇੰਟਰੋਡਿਊਸ ਮੋਰ ਐਂਡ ਮੋਰ ਮੀਲਸ, ਜਿੱਥੇ 2 ਵਾਰੀ ਖਾਣਾ ਉੱਥੇ 4 ਵਾਰੀ ਖਾ ਲਓ, ਦਿਸ ਇਜ਼ ਬੈਟਰ। ਕਿਉਂਕਿ ਇਗਜ਼ਾਮਪਲ ਦੇ ਤੌਰ 'ਤੇ, ਇਫ ਯੂ ਹੈਵਿੰਗ ਅ ਡਿਨਰ ਬਾਏ 8 o'clock, ਇਫ ਯੂ ਹੈਵ ਸਮਥਿੰਗ ਬਾਏ 5 o'clock, ਆਟੋਮੈਟਿਕਲੀ ਤੁਹਾਡਾ ਡਿਨਰ ਸਾਈਜ਼ ਛੋਟਾ ਹੋ ਜਾਂਦਾ। ਸੋ ਬਟ ਜੇ ਤੁਸੀਂ ਸਵੇਰ ਦਾ ਜਾਂ ਦੁਪਹਿਰ ਦਾ ਖਾਧਾ ਹੋਇਆ, ਸਟ੍ਰੇਟ ਅਵੇ ਤੁਸੀਂ ਡਿਨਰ 'ਤੇ ਜਾਂਦੇ ਹੋ, ਤਾਂ ਓਬਵੀਅਸਲੀ ਡਿਨਰ ਸਾਈਜ਼ ਵੱਡਾ ਹੋ ਜਾਂਦਾ। ਅਤੇ ਰਾਤ ਨੂੰ ਸੌਣ ਲੱਗੇ, ਜਦੋਂ ਅਸੀਂ ਡਿਨਰ ਸਾਈਜ਼ ਵੱਡਾ ਲੈਂਦੇ ਹਾਂ, ਤਾਂ ਉਹ ਸਾਡੀ ਬੋਡੀ 'ਚ ਐਕਚੁਅਲ ਜਿਹੜੀ ਐਨਰਜੀ ਆਪਾਂ ਕਰਦੇ ਹਾਂ, ਬਿਕੋਜ਼ ਫੂਡ ਇਜ਼ ਅ ਕਾਇੰਡ ਆਫ ਐਨਰਜੀ, ਵੀ ਪੁਟਿੰਗ ਦ ਐਨਰਜੀ ਇਨ ਟੂ ਅਵਰ ਬੋਡੀ। ਬਟ ਰਾਤ ਨੂੰ ਜਦੋਂ ਆਪਾਂ ਸੋਨੇ ਹੁੰਦੇ ਹਾਂ, ਆਪਾਂ ਉਹ ਐਨਰਜੀ ਨੂੰ ਯੂਟੀਲਾਈਜ਼ ਨਹੀਂ ਕਰ ਪਾਉਂਦੇ। ਸੋ ਦੈਟਸ ਦਾ ਰੀਜ਼ਨ ਪੀਪਲ ਸੇ ਯੂ ਨੀਡ ਟੂ ਹੈਵ ਅ ਲਾਈਟ ਡਿਨਰ। ਬਟ ਇਫ ਯੂ ਵਰਕਿੰਗ ਇਨ ਅ ਨਾਈਟ, ਜੇ ਤੁਸੀਂ ਨਾਈਟ 'ਚ ਕੰਮ ਕਰ ਰਹੇ ਹੋ, ਤਾਂ ਤੁਹਾਡਾ ਜਿਹੜਾ ਕਲੋਕ ਹੈ ਟੋਟਲੀ ਰੋਟੇਟ ਹੋ ਜਾਂਦਾ ਹੈ। ਦੇਰ ਇਜ਼ ਨਥਿੰਗ ਰੋਂਗ ਇਫ ਯੂ ਵਰਕਿੰਗ ਇਨ ਅ ਨਾਈਟ, ਦੇਰ ਇਜ਼ ਨਥਿੰਗ ਰੋਂਗ ਟੂ ਹੈਵ ਅ ਫਰੂਟ ਇਨ ਅ ਨਾਈਟ ਐਸ ਵੈਲ। ਬਟ ਨੋਰਮਲੀ ਆਪਾਂ ਕਹਿੰਦੇ ਹਾਂ ਕਿ ਫਰੂਟ ਹਮੇਸ਼ਾ ਸਨਸੈਟ, ਜਿੰਨੀ ਦੇਰ ਸਨ ਸੂਰਜ ਰਹਿੰਦਾ ਉਨੀ ਦੇਰ ਕਰ ਲਈਏ, ਸਨਸੈਟ ਤੋਂ ਬਾਅਦ ਨਹੀਂ ਖਾਣਾ ਚਾਹੀਦਾ। ਬਟ ਇਟਸ ਓਨਲੀ ਐਪਲੀਕੇਬਲ ਜੇ ਤੁਸੀਂ ਰਾਤ ਨੂੰ ਸੌਂਦੇ ਹੋ। ਜੇ ਤੁਸੀਂ ਰਾਤ ਨੂੰ ਵਰਕ ਕਰਦੇ ਹੋ, ਰਾਤ ਨੂੰ ਨਾਈਟ ਸ਼ਿਫਟ ਕਰਦੇ ਹੋ, ਦੇਰ ਇਜ਼ ਨਥਿੰਗ ਰੋਂਗ ਇਫ ਯੂ ਕੈਨ ਹੈਵ ਅ ਫਰੂਟ ਇਨ ਅ ਨਾਈਟ, ਬਿਕੋਜ਼ ਓਬਵੀਅਸਲੀ ਜਿਹੜੀ ਵੀ ਐਨਰਜੀ ਹੈ, ਜਿਹੜੀ ਵੀ ਸ਼ੂਗਰ ਜਾਂ ਫਰੂਟ ਤੋਂ ਐਨਰਜੀ ਮਿਲਣੀ ਹੈ, ਉਹ ਰਾਤ ਨੂੰ ਤੁਸੀਂ ਯੂਟੀਲਾਈਜ਼ ਕਰ ਲੈਣੀ ਹੈ। ਸੋ ਦੇਰ ਇਜ਼ ਨੋ ਹਾਰਡ ਐਂਡ ਰੂਲ ਕਿ ਆਹ ਚੀਜ਼ਾਂ ਸਵੇਰੇ ਖਾਣੀਆਂ, ਆਹ ਚੀਜ਼ਾਂ ਦੁਪਹਿਰੇ ਖਾਣੀਆਂ, ਆਹ ਚੀਜ਼ਾਂ ਰਾਤ ਨੂੰ ਹੀ ਖਾਣੀਆਂ। ਯੂ ਜਸਟ ਇੰਜੋਏ ਯੂਅਰ ਫੂਡ, ਅਤੇ ਕਿਉਂਕਿ ਦੇਖੋ ਫੂਡ ਇਜ਼ ਲਾਈਕ ਅ ਟੂਲ, ਇਟਸ ਨੋਟ ਅ ਐਂਟਰਟੇਨਮੈਂਟ। ਯੂ ਨੀਡ ਫੂਡ ਫੋਰ ਯੂਅਰ ਬੋਡੀ ਟੂ ਗੈਟ ਦ ਐਨਰਜੀ। ਸੋ ਇਟਸ ਸਿੰਪਲ ਹੈ, ਜੇ ਵੇਟ ਲੂਜ਼ ਕਰਨਾ, ਯੂ ਆਲਸੋ ਨੀਡ ਟੂ ਇਨ ਅ ਕੈਲਰੀ ਡੈਫੀਸਿਟ। ਬਟ ਇੰਨਾ ਵੀ ਡਿਸਟ੍ਰੈਕਟਿਕਲੀ, ਇੰਨਾ ਵੀ ਜ਼ਿਆਦਾ ਆਪਾਂ ਕੈਲਰੀ ਡੈਫੀਸਿਟ ਨਹੀਂ ਕਰਨਾ ਕਿ ਅਸੀਂ ਸਾਨੂੰ ਹੋਰ ਜ਼ਿਆਦਾ ਕੰਪਲੀਕੇਸ਼ਨਸ ਆ ਜਾਣਗੇ, ਹੋਰ ਬਿਮਾਰੀਆਂ ਸ਼ੁਰੂ ਹੋ ਜਾਣ, ਜਾਂ ਹੋਰ ਤਰ੍ਹਾਂ ਦੀ ਆਪਾਂ ਨੂੰ ਕਮਜ਼ੋਰੀ ਫੀਲ ਹੋਣੀ ਸ਼ੁਰੂ ਹੋ ਜਾਏ। ਯੂ ਨੀਡ ਟੂ ਈਟ ਪ੍ਰੋਪਰਲੀ ਅਕੋਰਡਿੰਗ ਟੂ ਯੂਰ ਬੋਡੀ। ਇਹ ਨਹੀਂ ਹੈ ਕਿ ਉਹ ਬੰਦਾ ਕਿੰਨਾ ਖਾ ਰਿਹਾ, ਮੈਂ ਉਸ ਹਿਸਾਬ ਨਾਲ ਖਾਣਾ, ਬਿਕੋਜ਼ ਇਹ ਸਾਡੇ ਦਿਮਾਗਾਂ 'ਚ ਘਰ ਚੁੱਕੀ ਹੈ ਕਿ ਜ਼ਿਆਦਾ ਖਾਣਾ ਮੋਟੇ ਹੋ ਜਾਂਦਾ, ਜ਼ਿਆਦਾ ਖਾਣਾ ਮੋਟੇ ਨਹੀਂ ਹੁੰਦੇ। ਤੁਸੀਂ ਹਮੇਸ਼ਾ ਆਪਾਂ ਜਿਹੜਾ ਓਵਰਵੇਟ ਹੁੰਦੇ ਹਾਂ ਜਾਂ ਫੈਟ ਹੁੰਦੇ ਹਾਂ, ਇਸ ਕਰਕੇ ਹੁੰਦੇ ਹਾਂ ਕਿ ਜਦੋਂ ਅਸੀਂ ਬੇਟਾਈਮੀ ਖਾਂਦੇ ਹਾਂ, ਜਾਂ ਆਪਾਂ ਨਹੀਂ ਖਾਂਦੇ, ਜਾਂ ਆਪਾਂ ਗਲਤ ਆਪਸ਼ਨਸ ਯੂਜ਼ ਕਰ ਦਿੰਦੇ ਹਾਂ। ਉਸ ਤੋਂ ਬਾਅਦ ਆ ਗਿਆ ਕਿ ਲੋਕ ਦੇ ਐਵਰੀ ਵਨ ਵਰਿਡ ਅਬਾਊਟ ਪ੍ਰੋਟੀਨ, ਕਾਰਬਸ, ਫੈਟ, ਇਹ ਤਿੰਨੇ ਚੀਜ਼ਾਂ ਆਪਾਂ ਸਾਰਿਆਂ ਨੂੰ ਪਤਾ, ਅਤੇ ਤਿੰਨੋਂ ਚੀਜ਼ਾਂ ਪਿੱਛੇ ਅਸੀਂ ਇੰਨੇ ਕਨਫਿਊਜ਼ ਹੋ ਜਾਂਦੇ ਹਾਂ ਕਿ ਇੱਕ ਵੈਬਸਾਈਟ ਕਹਿੰਦੀ ਹੈ ਕਿ ਇੰਨਾ ਫੈਟ ਖਾਣਾ ਚਾਹੀਦਾ, ਦੂਜੇ ਵੈਬਸਾਈਟ ਕਹਿੰਦੀ ਹੈ ਕਿ ਫੈਟ ਦੇ ਲਾਗੇ ਨਹੀਂ ਜਾਣਾ ਚਾਹੀਦਾ, ਤੀਜੇ ਬੰਦੇ ਕੁਛ ਕਹਿੰਦੇ, ਇੱਕ ਬੰਦਾ ਕਹਿੰਦਾ ਰੋਟੀ ਖਾਣੀ ਨਹੀਂ ਚਾਹੀਦੀ, ਦੂਜਾ ਬੰਦਾ ਕਹਿੰਦਾ ਰੋਟੀ ਬਹੁਤ ਵਧੀਆ ਚੀਜ਼ ਹੈ, ਅਤੇ ਇਟਸ ਮੇਕ ਅਸ ਲੋਟ ਆਫ ਕਨਫਿਊਜ਼ਨ। ਸੋ ਕਹਿੰਦੇ ਸੁਣੋ, ਸਭ ਦੀ ਕਰੋ ਆਪਣੀ, ਅਤੇ ਹਰ ਜਗ੍ਹਾ ਐਪਲੀਕੇਬਲ ਨਹੀਂ ਹੁੰਦਾ, ਬਟ ਯੈਸ
ਅਤੇ ਉਹਦੇ 'ਚ ਕਹਿੰਦੇ ਨੇ ਕਿ ਜੋ ਵੀ ਤੁਸੀਂ ਖਾ ਰਹੇ ਹੋ ਪ੍ਰੋਟੀਨ ਕਾਰਬਸ ਫੈਟ, ਤੁਸੀਂ ਇੰਨਾ ਜ਼ਿਆਦਾ ਟੈਕਨੀਕਲੀ ਆਪਾਂ ਨੂੰ ਇੰਨਾ ਡੂੰਘਾਈ 'ਚ ਜਾਣ ਦੀ ਲੋੜ ਨਹੀਂ ਹੈ, ਯੂ ਜਸਟ ਈਟ ਨੋਰਮਲ, ਬਿਕੋਜ਼ ਜਿੰਨਾ ਕੁ ਸਾਡੀ ਬੋਡੀ ਨੂੰ ਪ੍ਰੋਟੀਨ ਫੈਟ ਕਾਰਬਸ ਚਾਹੀਦੇ ਨੇ ਉਹ ਸਾਡੀ ਬੋਡੀ ਆਪਣੇ ਆਪ ਫੂਡ ਤੋਂ ਲੈ ਲੈਂਦੀ ਹੈ। ਕਦੇ ਦੇਖਿਆ ਜਾਨਵਰ ਨੂੰ ਕਿਸੇ ਚੀਜ਼ ਦੇ ਵੱਤੇ ਬਰੀ ਹੋਣ ਨੂੰ, ਕਿ ਸ਼ੇਰ ਕਹਿੰਦਾ ਕਿ ਅੱਜ ਮੇਰਾ ਯਾਰ ਪ੍ਰੋਟੀਨ ਇਨਟੇਕ ਘੱਟ ਹੋ ਗਿਆ, ਅੱਜ ਇੱਕ ਅੱਧਾ ਹਿਰਨ ਐਕਸਟਰਾ ਖਾਣਾ ਪਊਗਾ, ਜਾਂ ਸ਼ੇਰ ਕਹਿੰਦਾ ਕਿ ਅੱਜ ਯਾਰ ਮੈਂ ਇਹ ਜਾਨਵਰ ਨਹੀਂ ਖਾਣਾ, ਬਿਕੋਜ਼ ਇਹਦੇ ਵਿੱਚ ਫੈਟ ਦੀ ਕੁਆਂਟਿਟੀ ਜ਼ਿਆਦਾ ਹੈ, ਅਤੇ ਮੈਂ ਇੱਦਾਂ ਕਰੂੰਗਾ, ਅੱਜ ਕੱਲ੍ਹ ਮੈਂ ਬੀਫ ਨਹੀਂ ਖਾਣਾ, ਇਹਦੇ 'ਚ ਫੈਟ ਕੁਆਂਟਿਟੀ ਜ਼ਿਆਦਾ, ਅਤੇ ਆ ਗੋਨ ਈਟ ਓਨਲੀ ਦਾ ਕਿ ਕਬੂਤਰ ਜਾਂ ਚਿਕਨ ਹੀ ਖਾਇਆ ਕਰੂੰਗਾ। ਇਸ ਤਰ੍ਹਾਂ ਦਾ ਨਹੀਂ ਹੁੰਦਾ, ਤੁਹਾਡੀ ਬੋਡੀ ਆਪਣੇ ਆਪ ਐਡਜਸਟ ਕਰ ਲੈਂਦੀ ਹੈ ਜਿੰਨਾ ਕੁ ਉਹਨੂੰ ਫੂਡ ਚਾਹੀਦਾ ਹੁੰਦਾ। ਸੋ ਇੰਨਾ ਟੈਕਨੀਕਲੀ ਇੰਨਾ ਡੂੰਘਾਈ 'ਚ ਜਾਣ ਦੀ ਲੋੜ ਨਹੀਂ ਆਂਟੀ, ਅਨਲੈਸ ਤੁਹਾਡਾ ਕੋਈ ਇੱਦਾਂ ਦਾ ਗੋਲ ਹੈ, ਬੋਡੀ ਬਿਲਡਿੰਗ ਦਾ ਗੋਲ ਹੈ ਜਾਂ ਫਿਟਨੈਸ ਗੋਲ ਹੈ ਜਾਂ ਕੁਝ, ਤੁਸੀਂ ਕਿਸੇ ਕੰਪੀਟੀਸ਼ਨ 'ਚ ਜਾਣਾ, ਦੈਟਸ ਅ ਡਿਫਰੈਂਟ ਥਿੰਗ, ਡਿਫਰੈਂਟ ਸਨੈਰੀਓ। ਬਟ ਜਨਰਲੀ ਜਿਹੜਾ ਅਸੀਂ ਆਪਣੇ ਲਈ ਗੱਲ ਕਰਦੇ ਹਾਂ ਕਿ ਪ੍ਰੋਟੀਨ, ਕਾਰਬਸ, ਫੈਟ, ਸਾਨੂੰ ਤਿੰਨੋਂ ਚੀਜ਼ਾਂ ਪਤਾ, ਅਤੇ ਤਿੰਨੋਂ ਚੀਜ਼ਾਂ ਨੇ ਸਾਨੂੰ ਇੰਨਾ ਕਨਫਿਊਜ਼ ਕਰ ਰੱਖਿਆ ਕਿ ਸਾਨੂੰ ਸਮਝ ਨਹੀਂ ਆਉਂਦਾ ਇਹ ਚੀਜ਼ ਨੂੰ ਖਾਈਏ ਕਿ ਨਾ ਖਾਈਏ, ਛੱਡੀਏ ਕਿ ਰਹਿਣ ਦੀਏ, ਦਿਲ ਵੀ ਕਰੀ ਜਾਂਦਾ ਨਹੀਂ ਵੀ ਕਰਦੇ। ਸੋ ਡੋਂਟ ਵਰੀ, ਆ ਗੋ ਜਿਮ ਐਵਰੀ ਸਿੰਗਲ ਡੇ, ਬਟ ਆਈ ਡੋਂਟ ਡਰਿੰਕ ਪ੍ਰੋਟੀਨ ਪਾਊਡਰ, ਆਈ ਨੈਵਰ ਗੋ ਵਿਦ ਦਾ ਪ੍ਰੋਟੀਨ ਪਾਊਡਰ। ਆ ਫੀਲ ਲਾਈਕ ਕਿ ਜਦੋਂ ਮੈਂ ਪ੍ਰੋਟੀਨ ਪਾਊਡਰ ਪੀਂਦਾ, ਆ ਫੀਲ ਲਾਈਕ ਅ ਬਲੋਟਿੰਗ, ਆ ਫੀਲ ਲਾਈਕ ਸਮਥਿੰਗ ਰੋਂਗ ਵਿਦ ਮਾਈ ਸਟਮਕ। ਸੋ ਆ ਡੋਂਟ ਗੋ ਵਿਦ ਦਾ ਪ੍ਰੋਟੀਨ ਪਾਊਡਰ, ਆ ਜਸਟ ਗੋ ਵਿਦ ਦਾ ਐਕਚੁਅਲ ਫੂਡ, ਜਿਸ 'ਚ ਚਿਕਨ ਆ ਗਿਆ, ਅੰਡੇ ਆ ਗਏ, ਜਾਂ ਕੁਛ ਵੀ ਹੋ ਗਿਆ, ਆ ਗੋ ਵਿਦ ਦਾ ਐਕਚੁਅਲ ਫੂਡ। ਸੋ ਆਈ ਸੁਜੈਸਟ ਯੂ ਗਾਈਜ਼ ਗੋ ਵਿਦ ਦਾ ਐਕਚੁਅਲ ਫੂਡ। ਜੇ ਮੈਂ ਤੁਹਾਨੂੰ ਇੱਕ ਕਸਟਮਾਈਜ਼ ਡਾਇਟ ਪਲਾਨ ਦਿੰਦਾ, ਫੋਰ ਐਗਜ਼ਾਮਪਲ, ਕਰੋ ਫਿਰ ਕਾਪੀ ਪੈੱਨ, ਜੇ ਤੁਸੀਂ ਮੈਨੂੰ ਸੁਣ ਰਹੇ ਹੋ ਕਾਪੀ ਪੈੱਨ ਨੋਟ ਕਰਕੇ ਜ਼ਰੂਰ ਕਰੋ, ਇੱਕ ਕਸਟਮਾਈਜ਼ ਡਾਇਟ ਪਲਾਨ ਦੀ ਜੇ ਆਪਾਂ ਗੱਲ ਕਰਦੇ ਹਾਂ। ਓਕੇ, ਯੂ ਵੇਕ ਅਪ ਇਨ ਅ ਮੋਰਨਿੰਗ, ਹੈਵ ਅ ਟੂ ਲੈਟ ਸੇ 100 ਗ੍ਰਾਮ ਆਫ ਸਟੀਕ, 100 ਗ੍ਰਾਮ ਆਪਾਂ ਬੀਫ ਲੈਣੀ ਹੈ ਸਵੇਰੇ ਉੱਠ ਕੇ, ਅਤੇ ਓਬਵੀਅਸਲੀ ਜਦੋਂ ਤੁਸੀਂ ਸਵੇਰੇ ਉੱਠੇ ਹੋ ਤੁਸੀਂ ਫਰੂਟ ਲੈ ਲਿਆ, ਇੱਕ ਅੱਧਾ ਐਪਲ ਲੈ ਲਿਆ, ਜੈਸੇ ਬ੍ਰੇਕਫਾਸਟ ਦੇ ਵਿੱਚ ਤੁਸੀਂ 100 ਗ੍ਰਾਮ ਸਟੀਕ ਲੈਣੀ ਹੈ, ਅਤੇ ਆਫਟਰਨੂਨ ਦੇ ਵਿੱਚ ਤੁਸੀਂ ਲੈਟ ਸੇ ਕੋਲੀਫਲਾਰ ਹੋ ਗਈ ਸਬਜ਼ੀ ਅਕੋਰਡਿੰਗ ਟੂ ਯੂ ਐਂਡ ਵਿਦ ਅ ਚਿਕਨ, ਰਾਤ ਨੂੰ ਆ ਗਿਆ ਤੁਸੀਂ ਕੁਛ ਵੀ ਲੈਟ ਸੇ ਹੈਵ ਅ ਕੋਲੀਫਲਾਰ ਅਗੇਨ ਵਿਦ ਅ ਫਿਸ਼ ਔਰ ਸਮਥਿੰਗ। ਇਹ ਚੀਜ਼ ਮੈਂ ਕਹਿਤੀ, ਹੁਣ ਇਹ ਉਹੀ ਬੰਦੇ ਕਰ ਸਕਦੇ ਨੇ ਜਿਹੜੇ ਬੀਫ, ਚਿਕਨ ਅਤੇ ਫਿਸ਼ ਖਾਂਦੇ ਨੇ। ਵਟ ਅਬਾਊਟ ਦੋਜ਼ ਪੀਪਲ ਹੂ ਡੋਂਟ ਈਟ ਫਿਸ਼, ਚਿਕਨ ਅਤੇ ਬੀਫ, ਉਹ ਨਹੀਂ ਖਾਂਦੇ? ਸੋ ਕਸਟਮਾਈਜ਼ ਡਾਇਟ ਪਲਾਨ, ਇੰਸਟਡ ਆਫ ਗਿਵਿੰਗ ਯੂ ਕਸਟਮਾਈਜ਼ ਡਾਇਟ ਪਲਾਨ, ਆਈ ਗਿਵ ਯੂ ਦਾ ਹੋਲ ਗ੍ਰੋਸਰੀ ਲਿਸਟ, ਯੂ ਕ੍ਰੀਏਟ ਯੂਰ ਓਨ ਡਾਇਟ ਪਲਾਨ, ਮੇਕ ਯੂ ਓਨ ਡਾਇਟ ਪਲਾਨ, ਦੈਨ ਵਰਕ ਔਨ ਇਟ ਕਿ ਕਿਹੜੀ ਚੀਜ਼ ਤੁਹਾਨੂੰ ਸੂਟ ਕਰਦੀ ਹੈ। ਜੇ ਮੈਂ ਕੋਈ ਚੀਜ਼ ਕਹਿੰਦਾ ਤੁਹਾਨੂੰ ਖਾਣ ਨੂੰ, ਉਹ ਆ ਗੋਨੇ ਬੀ ਵਾਇਸ ਵਿਦ ਮਾਈ ਸੈਲਫ, ਆ ਗੋਨੇ ਟੈਲ ਯੂ ਐਗਜੈਕਟਲੀ ਵਟ ਆਈ ਲਾਈਕ, ਆਮ ਨੋ ਗੋਨੇ ਟੈਲ ਯੂ ਕਿ ਕਿਹੜੀ ਚੀਜ਼ ਤੁਹਾਨੂੰ ਪਸੰਦ ਹੈ। ਅਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਤੁਹਾਨੂੰ ਕਿਹੜੀ ਚੀਜ਼ ਤੋਂ ਐਲਰਜੀ ਹੈ, ਕਿਹੜੀ ਚੀਜ਼ ਤੁਹਾਨੂੰ ਚੰਗਾ ਮਹਿਸੂਸ ਕਰਾਉਂਦੀ ਹੈ, ਕਿਹੜੀ ਚੀਜ਼ ਤੁਹਾਨੂੰ ਬੁਰਾ ਮਹਿਸੂਸ ਕਰਾਉਂਦੀ ਹੈ। ਸੋ ਦੈਟਸ ਵਾਈ ਵੀ ਪ੍ਰਮੋਟ ਦਾ ਇਲੀਮੀਨੇਸ਼ਨ ਡਾਇਟ, ਇਲੀਮੀਨੇਸ਼ਨ। ਇੱਦਾਂ ਹੀ ਕੁਛ ਲੋਕ ਕਹਿੰਦੇ ਨੇ ਕਿ ਅਸੀਂ ਪਹਿਲਾਂ ਦੂਸਰੀ ਡਾਇਟ ਫੋਲੋ ਕੀਤੀ ਸੀਗੀ, ਲੈਟ ਸੇ ਕਿਟੋ ਡਾਇਟ ਫੋਲੋ ਕੀਤੀ ਸੀ, ਇੰਟਰਮੀਡੀਏਟ ਕਿਹੜੀ ਹੁੰਦੀ ਹੈ, ਮੈਨੂੰ ਤਾਂ ਨਾਮ ਹੀ ਨਹੀਂ ਲੈਣਾ, ਇੰਟਰਮੀਡੀਏਟ ਡਾਇਟ ਫੋਲੋ ਕੀਤੀ ਸੀ, ਮੈਂ ਵੇਗਨ ਡਾਇਟ ਫੋਲੋ ਕੀਤੀ ਸੀ, ਮੈਂ ਪਾਲੀਓ ਡਾਇਟ ਫੋਲੋ ਕੀਤੀ ਸੀ, ਅਤੇ ਉਹਦੇ ਨਾਲ ਮੇਰਾ ਵੇਟ ਲੂਜ਼ ਹੋਇਆ ਸੀ। ਤੁਹਾਡਾ ਉਹਦੇ ਕਰਕੇ ਵੇਟ ਲੂਜ਼ ਨਹੀਂ ਹੋਇਆ ਸੀਗਾ, ਐਂਡ ਯੂ ਆਲਸੋ ਸੇ ਯੂ ਪੁੱਟ ਇਟ ਬੈਕ ਐਸ ਵੈਲ, ਅਤੇ ਬਟ ਤੁਸੀਂ ਇਹ ਸੋਚ ਕੇ ਦੇਖੋ, ਤੁਹਾਡਾ ਉਸ ਡਾਇਟ ਦੇ ਕਰਕੇ ਵੇਟ ਲੂਜ਼ ਨਹੀਂ ਹੋਇਆ ਸੀ, ਤੁਹਾਡਾ ਇਸ ਕਰਕੇ ਡਾਇਟ ਵੇਟ ਲੂਜ਼ ਹੋਇਆ ਸੀ ਬਿਕੋਜ਼ ਯੂ ਸਟੋਪ ਈਟਿੰਗ ਦੈਟ ਸ਼ਿਟੀ ਫੂਡ। ਤੁਸੀਂ ਉਹ ਸਾਰੇ ਬੁਰੇ ਫੂਡ ਖਾਣੇ ਉਸ ਡਿਊਰਿੰਗ ਦੈਟ ਟਾਈਮ ਛੱਡਦੇ ਸੀ, ਜਿਹਦੇ ਵਿੱਚ ਤੁਸੀਂ ਆਪਣਾ ਤੇਲ ਬਿਲਕੁਲ ਬੰਦ ਕਰਤਾ ਸੀਗਾ, ਤੁਸੀਂ ਚਿਪਸ ਬੰਦ ਕਰਤੇ ਸੀ, ਤੁਸੀਂ ਕੋਲਡ ਡਰਿੰਕ ਬੰਦ ਕਰਤੇ ਸੀ, ਤੁਸੀਂ ਬਾਹਰ ਦਾ ਖਾਣਾ ਮੈਕਡੋਨਲ ਬੰਦ ਕਰਤਾ ਸੀ, ਤੁਸੀਂ ਪੀਜ਼ਾ ਬੰਦ ਕਰਤਾ ਸੀਗਾ, ਤੁਸੀਂ ਉਹ ਸਾਰੀਆਂ ਚੀਜ਼ਾਂ ਬੰਦ ਕਰਤੀਆਂ ਸੀ। ਦੈਟਸ ਵਾਈ ਯੂ ਲੂਜ਼ ਵੇਟ, ਡਜ਼ਨਟ ਮੈਟਰ ਕਿੰਨਾ ਵੇਟ ਲੂਜ਼ ਕੀਤਾ ਸੀ, ਐਕਸ ਵਾਈ ਜੈਡ ਅਮਾਊਂਟ ਆਫ ਵੇਟ ਤੁਸੀਂ ਲੂਜ਼ ਕੀਤਾ ਸੀ ਵਿਦ, ਐਂਡ ਯੂ ਸੇ ਦੋਜ਼ ਡਾਇਟਸ ਵਰਕ ਐਂਡ ਯੂ ਲੂਜ਼ ਗੁੱਡ ਅਮਾਊਂਟ ਆਫ ਵੇਟ, ਬਟ ਤੁਹਾਡੇ ਡਾਇਟ ਦੇ ਵਿੱਚ ਮੈਂ ਇੰਨਾ ਲੂਜ਼ ਨਹੀਂ ਕੀਤਾ ਜਾਂ ਲੂਜ਼ ਨਹੀਂ ਹੋ ਰਿਹਾ। ਰੀਜ਼ਨ ਇਸ ਕਿ ਤੁਸੀਂ ਉਹ ਡਾਇਟ ਨੂੰ ਕ੍ਰੈਡਿਟ ਨਹੀਂ, ਉਹ ਤੁਸੀਂ ਸ਼ਿਟੀ ਫੂਡ ਬੰਦ ਕੀਤਾ ਸੀ ਜਿਸ ਕਰਕੇ ਲੂਜ਼ ਹੋਇਆ ਸੀ, ਅਤੇ ਦੁਬਾਰਾ ਵੇਟ ਵਧਣ ਦਾ ਵੀ ਇਹੀ ਕਾਰਨ ਸੀਗਾ ਕਿ ਤੁਸੀਂ ਉਸਨੂੰ ਥੋੜ੍ਹੇ ਦਿਨ ਲਈ ਤੁਸੀਂ ਖਾਣਾ ਬੰਦ ਕਰਤਾ ਸੀ, ਬਟ ਯੂ ਡਿਡਨਟ ਲਰਨ ਐਨੀਥਿੰਗ ਨਿਊ, ਯੂ ਡਿਡਨਟ ਅੰਡਰਸਟੈਂਡ ਦਾ ਪ੍ਰੋਸੈਸ ਕਿ ਕਿਵੇਂ ਚੀਜ਼ ਇਹ ਕੰਮ ਕਰਦੀ ਹੈ। ਇਨ ਦੈਟ ਪ੍ਰੋਸੈਸ 'ਚ ਜਦੋਂ ਵੀ ਤੁਸੀਂ ਦੂਜੀ ਡਾਇਟ ਫੋਲੋ ਕੀਤੀ ਸੀ, ਤੁਹਾਨੂੰ ਉਹਦੇ 'ਚ ਕਿਸੇ ਨੇ ਇਹ ਡਾਇਰੈਕਟ ਨਹੀਂ ਕੀਤਾ ਸੀ ਕਿ ਆਹ ਫੂਡ ਖਾ ਕੇ ਤੇਰੀ ਬੋਡੀ ਇਸ ਤਰ੍ਹਾਂ ਰਿਐਕਸ਼ਨ ਕਰਦੀ ਹੈ। ਇਹ ਤੁਸੀਂ ਇਹ ਬਿਲਕੁਲ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ, ਨਾ ਤੁਹਾਨੂੰ ਕਿਸੇ ਨੇ ਦੱਸਿਆ ਸੀਗਾ, ਅਤੇ ਦੈਟਸ ਵਾਈ ਯੂ ਜਸਟ ਫੋਲੋ ਦਾ ਪਲਾਨ ਕਿ ਇੱਕ ਬੰਦੇ ਨੇ ਤੁਹਾਨੂੰ ਇਹ ਲਿਖ ਕੇ ਦਿੱਤਾ ਸੀ ਕਿ ਸਵੇਰੇ ਇਹ ਖਾਣਾ, ਸ਼ਾਮੀ ਉਹ ਖਾਣਾ, ਰਾਤੀ ਉਹ ਖਾਣਾ, ਭਾਵੇਂ ਤੁਹਾਡਾ ਦਿਲ ਕਰਦਾ ਸੀ ਭਾਵੇਂ ਨਹੀਂ ਕਰਦਾ ਸੀ, ਯੂ ਜਸਟ ਫੋਲੋ ਦੈਟ ਰਿਲੀਜੀਅਸਲੀ, ਵਿਚ ਇਜ਼ ਗੁੱਡ ਥਿੰਗ ਯੂ ਫੋਲੋ ਦੈਟ, ਬਟ ਦੈਟਸ ਵਾਈ ਦੈਟਸ ਅ ਰੀਜ਼ਨ ਯੂ ਪੁੱਟ ਦਾ ਵੇਟ ਬੈਕ, ਬਿਕੋਜ਼ ਤੁਸੀਂ ਆਪਣੇ ਆਪ ਨੂੰ ਪੁਸ਼ ਕਰਕੇ ਲੂਜ਼ ਕੀਤਾ ਸੀਗਾ। ਇਸੀ ਕਰਕੇ ਲੋਕ ਜਿਹੜੇ ਜਿਮ 'ਚ ਜਾਂਦੇ ਨੇ, ਉਹ ਮੇ ਬੀ ਪਹਿਲੇ ਮਹੀਨੇ 'ਚ, ਡੇਢ ਮਹੀਨੇ 'ਚ ਦੇ ਗੈਟ ਦ ਰਿਜ਼ਲਟ ਵੈਰੀ ਕੁਇਕਲੀ, ਬਿਕੋਜ਼ ਦੇ ਫੋਲੋ ਬਲਾਈਂਡਲੀ ਇੱਕ ਡਾਇਟ ਪਲਾਨ ਨੂੰ ਫੋਲੋ
they hardly understand, they hardly learn new things. So saade diet plan de vich we direct you, we teach you, we make you in a ki tusi apna diet plan aap banao jehda ki ਇੱਕ 42 ਦਿਨ ਜਾਂ 6 ਵੀਕ ਜਾਂ 8 ਵੀਕ ਜਾਂ 10 ਵੀਕ ਦੇ ਲਈ ਨਹੀਂ ਲਾਸਟ ਕਰੂਗਾ, ਇਸ ਕੋਨੇ ਲਾਸਟ ਫੋਰ ਐਵਰ, ਇਸ ਕੋਨੇ ਬਿਕਮ ਯੂਅਰ ਲਾਈਫ ਸਟਾਈਲ। ਬਿਕੋਜ਼ ਵੰਸ ਯੂ ਨੋ ਦ ਐਕਚੁਅਲ ਲੋਜਿਕ ਬਿਹਾਈਂਡ ਦ ਥਿੰਗਸ ਨਾ, ਜਦੋਂ ਤੁਹਾਨੂੰ ਇੱਕ ਚੀਜ਼ ਦੇ ਪਿੱਛੇ ਲੋਜਿਕ ਪਤਾ ਲੱਗ ਜਾਂਦਾ ਤਾਂ ਉਹ ਚੀਜ਼ ਕੰਟੀਨਿਊ ਕਰਨੀ ਬਹੁਤ ਸੌਖੀ ਹੋ ਜਾਂਦੀ ਹੈ। ਬਟ ਜਦੋਂ ਤੁਹਾਨੂੰ ਕਿਸੇ ਚੀਜ਼ ਦੇ ਪਿੱਛੇ ਲੋਜਿਕ ਨਹੀਂ ਪਤਾ ਲੱਗਦਾ, ਦੈਨ ਇਸ ਕੋਨੇ ਵੀ ਵੈਰੀ ਵੈਰੀ ਹਾਰਡ ਫੋਰ ਯੂ ਟੂ ਫੋਲੋ ਦ ਥਿੰਗਸ। ਜੇ ਅਸੀਂ ਕੋਈ ਚੀਜ਼ ਕਹਿੰਦੇ ਹਾਂ, ਅਸੀਂ ਫੋਰ ਐਗਜ਼ਾਮਪਲ ਅਸੀਂ ਕਹਿੰਦੇ ਹਾਂ ਕਿ ਤੁਸੀਂ ਇਹਦੇ 'ਚ ਆਟਾ ਨਹੀਂ ਖਾਣਾ, ਚਾਵਲ ਨਹੀਂ ਖਾਣੇ, we never say you're going to quit it, this one for your whole life. We give you the reason ki hunda jehde drops jehda ina roti de vich chawal de vich jehda starch hunda oh drops nu distract kar denda jis karke tusi next day tuhanu result nahi milda. It's not about ki roti maadi cheez hai tuhanu nahi khani chahidi. You've been eating this, we all been eating from the childhood. Main hun regular main khana main jadon lose kita siga Healthdrop de naal 27 kilo in exact 84 days. That time I was not eating roti because I know the reason ki ude piche ki reason hai. But now I eat roti. Eh nahi hai ki main pichle 5 saalon to roti nahi khadi, main 5 saalon to bahar jaake khana nahi khada. I have a kids at home, I got a family, I got a people coming from overseas as well. Mere laws aa rahe ne, mere parents aaye ne, kya main unhan nu bahar leke nahi janda, kya main gurdwara sahab langar nahi khanda? It's not about ki kyunki I understand how my body react on a particular food. ਤਾਂ ਉਸ ਚੀਜ਼ ਨੂੰ ਮੈਂ ਇੱਕ ਲਾਈਫ ਸਟਾਈਲ ਬਣਾ ਕੇ ਉਹਨੂੰ ਚੱਲ ਰਿਹਾ। ਸੋ ਦੈਟਸ ਵਟ ਵੀ ਟਰਾਈ ਟੂ ਟੀਚ ਯੂ ਔਰ ਟਰਾਈ ਟੂ ਗਿਵ ਯੂ ਆਲ ਦਾ ਇਨਫੋਰਮੇਸ਼ਨ ਕਿ ਕਿੱਦਾਂ ਚੀਜ਼ਾਂ ਕੰਮ ਕਰਦੀਆਂ, ਤੁਸੀਂ ਆਪਣੇ ਲਾਈਫ ਸਟਾਈਲ 'ਚ ਉਹਨੂੰ ਇੰਪਲੀਮੈਂਟ ਕਰ ਸਕਦੇ ਹੋ। ਹੋਪਫੁਲੀ ਤੁਹਾਨੂੰ ਅੱਜ ਦਾ ਲਾਈਵ ਸੈਸ਼ਨ ਪਸੰਦ ਆਇਆ ਹੋਊਗਾ। ਕਮੈਂਟ ਜ਼ਰੂਰ ਕਰਕੇ ਦੱਸ ਦਿਆ ਕਰੋ ਤਾਂ ਹੀ ਹੌਸਲਾ ਵੱਧਦਾ ਰਹਿੰਦਾ। ਅਤੇ ਕੱਲ੍ਹ ਨੂੰ ਹੈਗਾ ਸੈਚਰਡੇ, ਵੀ ਗੋਨ ਬੀ ਲਾਈਵ ਫਰੋਮ ਅਵਰ ਕਲੋਜ਼ ਗਰੁੱਪ, ਪ੍ਰੀਮੀਅਮ ਗਰੁੱਪ, ਜਿਹਦੇ ਵਿੱਚੋਂ ਆਪਾਂ ਲਾਈਵ ਹੋਵਾਂਗੇ। ਅਤੇ ਤੁਹਾਡੇ ਵੱਲੋਂ ਪੁੱਛੇ ਗਏ ਲਾਸਟ ਵੀਕ ਦੇ ਵਿੱਚ ਜਿਹੜੇ ਵੀ ਪੁੱਛੇ ਗਏ ਜਿਹੜੇ ਟੌਪ 10 ਸਵਾਲ ਨੇ ਉਹ ਆਪਾਂ ਲਵਾਂਗੇ। ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਸਵਾਲ ਕੋਈ ਆਪਾਂ ਕੱਲ੍ਹ ਡਿਸਕਸ ਕਰੀਏ, ਪਲੀਜ਼ ਕਮੈਂਟ, ਵਟਸਐਪ, ਫੇਸਬੁੱਕ, ਕਿਸੇ ਤਰ੍ਹਾਂ ਵੀ ਕੰਟੈਕਟ ਕਰ ਲਿਓ ਸਾਡੇ ਨਾਲ, ਤਾਂ ਡੈਫੀਨੇਟਲੀ ਆਈ ਗੋਨਾ ਟੇਕ ਯੂਅਰ ਕੁਐਸਚਨ। ਅੱਜ ਦਾ ਵੀ ਟਾਈਮ ਹੈ ਤੁਹਾਡੇ ਕੋਲ, ਕੱਲ੍ਹ ਦਾ ਵੀ ਸਾਰਾ ਦਿਨ ਦਾ ਟਾਈਮ ਆ, ਵੀ ਗੋਨਾ ਬੀ ਲਾਈਵ 6 o'clock ਟੁਮਾਰੋ। ਸੋ ਥੈਂਕਸ ਅਲੋਟ, ਥੈਂਕਸ ਫੋਰ ਬੀਂਗ ਹੇਅਰ, ਥੈਂਕ ਯੂ ਸਰ, ਥੈਂਕ ਯੂ ਇੰਦਰਜੀਤ ਜੀ, ਥੈਂਕ ਯੂ, ਥੈਂਕਸ ਫੋਰ ਕਮਿੰਗ ਹੇਅਰ ਐਵਰੀ ਸਿੰਗਲ ਡੇ। ਤੁਹਾਡੇ ਹੌਸਲੇ ਨਾਲ ਹੀ ਚੱਲੀ ਜਾਈਦਾ। ਕਹਿੰਦੇ ਨਹੀਂ ਜਾਂਦੇ ਜਾਂਦੇ, ਚਲੋ ਇੱਕ ਕਹਾਣੀ ਹੋਰ ਸੁਣਾ ਦਿੰਦਾ। ਪਿੱਛੇ ਇੱਕ ਸੁਣਾਉਣ ਲੱਗਿਆ ਸੀ ਪਿੱਛੇ ਜੇ, ਮੈਂ ਫਿਰ ਉਹ ਰੁਕ ਗਿਆ ਸੀ ਕਿਸੇ ਕਾਰਨ, ਚਲੋ ਅੱਜ ਸੁਣਾਉਣਾ। ਮੈਨੂੰ ਕਿਸੇ ਨੇ ਕਿਹਾ ਅੱਜ ਤਾਂ ਚਲੋ ਸੁੱਖ ਨਾ, ਅੱਜ 43-44 ਸੈਸ਼ਨ ਕਰ ਲਏ ਆਪਾਂ ਲਾਈਵ ਸੈਸ਼ਨ, ਕੰਸਿਸਟੈਂਸੀ ਬਣ ਗਈ ਆਪਣੀ। ਅਤੇ ਨਾ ਮੈਨੂੰ 13-14-15 ਕੁ ਲੈਸਨ ਸੈਸ਼ਨ ਹੋਏ ਸੀ, ਐਪੀਸੋਡ ਹੋਏ ਸੀਗੇ, ਤਾਂ ਮੈਨੂੰ ਕਿਸੇ ਨੇ ਕਿਹਾ ਬਾਈ ਸੁਣਦਾ ਤਾਂ ਹੈ ਨਹੀਂ ਕੋਈ, ਰੋਜ਼ ਕਰੀ ਜਾਂਦਾ, ਇੱਕ ਅੱਧਾ ਬੰਦਾ ਮਸੀ ਸੁਣਦਾ, ਇੱਕ ਅੱਧਾ ਬੰਦਾ ਆਉਂਦਾ, ਅਤੇ ਤੂੰ ਕਾਹਨੂੰ ਰੋਜ਼ ਆਪਣੀ ਐਨਰਜੀ ਵੇਸਟ ਕਰੀ ਜਾਂਦੇ ਹੋ। ਮੈਂ ਨਾ ਇੱਕ ਪੰਜਾਬੀ ਦੀ ਨਾ ਇੱਕ ਕਹਾਣੀ ਸੀਗੀ, ਮੈਨੂੰ ਹੁਣ ਯਾਦ ਨਹੀਂ ਹੈ ਕਿਹੜੀ ਕਲਾਸ 'ਚ ਸੀਗੀ, ਉਹ ਕਹਾਣੀ ਸੀ ਰੱਬ ਅਤੇ ਰੁੱਤਾਂ। ਇੱਕ ਵਾਰੀ ਕੀ ਹੁੰਦਾ ਕਿ ਸਾਰੀਆਂ ਰੁੱਤਾਂ ਨਾ ਇਕੱਠੀਆਂ ਹੋ ਕੇ ਰੱਬ ਕੋਲ ਚਲੀ ਜਾਂਦੀਆਂ, ਰੱਬ ਨੂੰ ਜਾ ਕੇ ਕਹਿੰਦੀਆਂ ਕਿ ਰੱਬ ਜੀ ਹੁਣ ਨਹੀਂ ਆਪਾਂ ਧਰਤੀ 'ਤੇ ਜਾਣਾ, ਇਹ ਲੋਕ ਤਾਂ ਬੜੇ ਬਿਜ਼ੀ ਹੋ ਗਏ ਨੇ, ਐਵਰੀ ਵਨ ਡੂਇੰਗ ਦੇਅਰ ਜੋਬ, ਅਤੇ ਨੋ ਵਨ ਹੈਵ ਅ ਟਾਈਮ ਫੋਰ ਅਸ, ਅਤੇ ਅਸੀਂ ਜਾਂਦੇ ਹਾਂ ਉੱਥੇ ਗਰਮੀ ਸਰਦੀ ਹਵਾ ਹਨੇਰੀ ਅਸੀਂ ਸਾਰਿਆਂ ਜਾਂਦੇ ਹਾਂ, ਅਤੇ ਨੋ ਵਨ ਸੀਮ ਲਾਈਕ ਇੰਜੋਇੰਗ ਐਟ ਆਲ, ਸੋ ਵੀ ਨੋ ਗੋਇੰਗ ਐਨੀ ਮੋਰ ਔਨ ਅਰਥ, ਅਤੇ ਅਸੀਂ ਨਹੀਂ ਜਾਣਾ ਹੁਣ ਧਰਤੀ 'ਤੇ, ਅਤੇ ਸਾਨੂੰ ਕੋਈ ਨਹੀਂ ਇੰਜੋਏ ਕਰਦਾ। ਰੱਬ ਕਹਿੰਦਾ ਠੀਕ ਹੈ ਚੱਲ ਇੱਦਾਂ ਕਰਦੇ ਹਾਂ, ਤੁਸੀਂ ਨਹੀਂ ਜਾਣਾ ਮੰਨ ਲੈਂਦੇ ਹਾਂ, ਪਰ ਇੱਕ ਲਾਸਟ ਟੈਸਟ ਕਰ ਲੈਂਦੇ ਹਾਂ, ਲੈਟ ਮੀ ਸੀ ਐਕਚੁਅਲ। ਅਤੇ ਰੱਬ ਜਾਂਦਾ, ਰੱਬ ਕੀ ਕਰਦਾ, ਰੱਬ ਆਪਾਂ ਚਿੜੀ ਦਾ ਰੂਪ ਧਾਰਨ ਕਰ ਲੈਂਦਾ, ਰੱਬ ਚਿੜੀ ਦਾ ਰੂਪ ਧਾਰਨ ਕਰਕੇ ਅਤੇ ਆਉਂਦਾ ਧਰਤੀ 'ਤੇ, ਅਤੇ ਉਹ ਕਹਿੰਦੇ ਹੁੰਦਾ ਸਾਰੀਆਂ ਰੁੱਤਾਂ ਨੂੰ ਵਾਰੀ ਵਾਰੀ ਆ ਜਿਓ ਬਾਈ ਇੱਕ ਇੱਕ ਕਰਕੇ ਨਾ, ਤਾਂ ਮੈਂ ਤੁਹਾਨੂੰ ਦੇਖਣਾ ਕਿ ਬਾਈ ਲੋਕ ਇੰਜੋਏ ਕਰਦੇ ਆ ਕਿ ਨਹੀਂ ਕਰਦੇ। ਅਤੇ ਰੁੱਤਾਂ ਕਹਿੰਦੀਆਂ ਚਲੋ ਜੀ ਪਹਿਲਾਂ ਧੁੱਪ ਕਹਿੰਦੀ ਹੈ ਮੈਂ ਆਉਂਦੀ ਹੈ, ਦੇਖਿਓ ਮੈਨੂੰ ਦੇਖ ਕੇ ਸਾਰੇ ਲੁਕਦੇ ਕਿੱਦਾਂ। ਅਤੇ ਰੱਬ ਚਿੜੀ ਬਣ ਕੇ ਆ ਜਾਂਦਾ, ਰੱਬ ਚਿੜੀ ਬਣ ਕੇ ਨਾ ਇੱਕ ਦਰੱਖਤ 'ਤੇ ਬਹਿ ਜਾਂਦਾ, ਦਰੱਖਤ ਦੇ ਕੋਲ ਜਾਂਦਾ, ਅਤੇ ਉੱਥੋਂ ਇੱਕ ਬੰਦਾ ਹੁੰਦਾ ਜਿਹੜਾ ਥੋੜ੍ਹਾ ਜਿਹਾ ਪਾਗਲ ਹੁੰਦਾ, ਅਤੇ ਜਦੋਂ ਧੁੱਪ ਪੈ ਰਹੀ ਹੁੰਦੀ ਹੈ ਨਾ ਤਾਂ ਉਹਦਾ ਪਰਛਾਵਾਂ ਦੇਦਾ ਉਹਨੂੰ, ਉਹ ਪਰਛਾਵਾਂ ਦੇਖ ਕੇ ਨਾ ਉਹ ਆਪਣੇ ਪਰਛਾਵੇਂ ਨਾਲ ਖੇਡਣ ਲੱਗ ਜਾਂਦਾ, ਕਦੇ ਅੱਗੇ ਹੁੰਦਾ, ਕਦੇ ਪਿੱਛੇ ਹੁੰਦਾ, ਕਦੇ ਉੱਤੇ ਹੁੰਦਾ, ਕਦੇ ਗੋਲ ਘੁੰਮਦਾ, ਕਦੇ ਪਰਛਾਵੇਂ ਨੂੰ ਫੜਨ ਦੀ ਕੋਸ਼ਿਸ਼ ਕਰਦਾ, ਕਦੇ ਕੁਛ ਕਰਦਾ, ਅਤੇ ਚਿੜੀ ਬਣ ਕੇ ਰੱਬ ਦੇਖ ਰਿਹਾ ਹੁੰਦਾ। ਉਸ ਤੋਂ ਬਾਅਦ ਹਵਾ ਚੱਲ ਪੈਂਦੀ ਹੈ, ਹਵਾ ਚੱਲਦੀ ਹੈ ਤਾਂ ਉਹਦਾ ਪਰਛਾਵਾਂ ਗੁੰਮ ਹੋ ਜਾਂਦਾ, ਹਵਾ ਚੱਲਦੀ ਹੈ ਅਤੇ ਦਰੱਖਤਾਂ ਤੋਂ ਪੱਤੇ ਉੱਡਦੇ ਨੇ, ਉਹ ਪੱਤਿਆਂ ਨਾਲ ਖੇਡਣ ਲੱਗ ਜਾਂਦਾ, ਅਤੇ ਰੱਬ ਦੇਖ ਰਿਹਾ ਹੁੰਦਾ ਚਿੜੀ ਬਣ ਕੇ। ਫਿਰ ਉਸ ਤੋਂ ਬਾਅਦ ਮੀਂਹ ਪੈਣ ਲੱਗ ਜਾਂਦਾ, ਉਹ ਥੱਲੋਂ ਪੱਥਰ ਜਿਹਾ ਚੱਕ ਕੇ ਰੱਬ ਵੱਲ, ਚਿੜੀ ਵੱਲ ਨੂੰ ਵੀ ਮਾਰ ਦਿੰਦਾ, ਮੀਂਹ ਪੈਣ ਲੱਗ ਜਾਂਦਾ। ਉਹ ਬੇਸਿਕਲੀ ਕੀ ਹੈ ਕਿ ਹਰ ਚੀਜ਼ ਹੁੰਦੀ ਸੀ ਉਹ ਇੰਜੋਏ ਕਰਦਾ ਸੀ ਕਿਉਂਕਿ ਪਾਗਲ ਸੀਗਾ, ਅਤੇ ਰੱਬ ਉਹ ਸਾਰੀ ਚੀਜ਼ ਦੇਖੀ ਗਿਆ, ਅਤੇ ਮੁੜ ਕੇ ਉਹ ਰੱਬ ਉੱਥੇ ਗਿਆ
ਅਤੇ ਆਪਣੀ ਜਗ੍ਹਾ 'ਤੇ ਵਾਪਸ, ਅਤੇ ਸਾਰੀਆਂ ਰੁੱਤਾਂ ਕਹਿੰਦੀਆਂ ਦੇਖੋ ਜੀ ਕੋਈ ਨਹੀਂ ਦੇਖਦਾ ਸੀਗਾ, ਅਤੇ ਇੱਕੋ ਬੰਦਾ ਸੀਗਾ ਉਹ ਤਾਂ ਹੈ ਹੀ ਪਾਗਲ ਹੈ ਜੀ, ਕਹਿੰਦੇ ਕਹਿੰਦੇ ਪਾਗਲ ਤਾਂ ਠੀਕ ਹੈ ਪਰ ਉਸ ਪਾਗਲ ਕਰਕੇ ਰੋਜ਼ ਜਾਣਾ ਪਊਗਾ ਆਪਾਂ ਨੂੰ, ਕਿਉਂਕਿ ਮੈਨੂੰ ਨਹੀਂ ਪਤਾ ਕਿ ਸਾਰੀ ਦੁਨੀਆ ਇੰਜੋਏ ਕਰਦੀ ਹੈ ਉਹ ਚੀਜ਼ ਨੂੰ ਨਹੀਂ ਕਰਦੀ, ਪਰ ਜਿਹੜਾ ਇੱਕ ਅੱਧਾ ਬੰਦਾ ਇੰਜੋਏ ਕਰਦਾ ਪਿਆ ਅਤੇ ਮੈਨੂੰ ਉਹਦੇ ਕਰਕੇ ਰੁੱਤਾਂ ਕਰਨੀਆਂ, ਰੁੱਤਾਂ ਨੂੰ ਤੁਹਾਨੂੰ ਜਾਣਾ ਹੀ ਪੈਣਾ। ਅਤੇ ਸੇਮ ਚੀਜ਼ ਹੈ ਪਾਗਲ ਤੋਂ ਮੇਰਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਮੈਂ ਪਾਗਲ ਕਹਿ ਰਿਹਾ, ਬਟ ਮੈਂ ਇੱਕ ਸਟੋਰੀ ਸੁਣਾਈ ਹੈ ਅਤੇ ਕਹਿਣ ਦਾ ਮਤਲਬ ਹੈ ਚਾਹੇ ਇੱਕ ਬੰਦਾ ਦੇਖ ਰਿਹਾ ਚਾਹੇ ਦੋ ਦੇਖ ਰਹੇ ਨੇ ਚਾਹੇ ਤੁਸੀਂ ਸਾਰੇ ਦੇਖ ਰਹੇ ਹੋ, ਤੁਸੀਂ ਸਾਰੇ ਮੇਰੇ ਲਈ ਬਰਾਬਰ ਦੇ ਹੋ, ਤਾਂ ਮੈਂ ਕੰਟੀਨਿਊ ਆਉਂਦਾ ਹੀ ਰਹੂੰਗਾ ਜਿੰਨੀ ਦੇਰ ਮੇਰੇ ਤੋਂ ਹੋ ਸਕਿਆ ਕਿ 6 ਵਜੇ ਆਪਾਂ ਰੋਜ਼ ਲਾਈਵ ਹੁੰਦੇ ਰਹੋਗੇ। ਹੋਪਫੁਲੀ ਆਪਾਂ ਕੰਟੀਨਿਊ ਰੱਖਾਂਗੇ ਇਹਨਾਂ ਨੂੰ। ਥੈਂਕਸ ਅ ਲੋਟ, ਥੈਂਕ ਯੂ ਐਵਰੀਵਨ, ਅਤੇ ਕੱਲ੍ਹ ਨੂੰ ਆਪਾਂ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।